ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ ਜਹਰਾ ਜਹੂਰ ਸੱਚੇ ਪਾਤਸ਼ਾਹ ਧੰਨ ਧੰਨ ਅੰਤਰਜਾਮੀ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਹੋਰ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸਾਧ ਸੰਗਤ ਜੀ ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੱਲ੍ਹ ਨੂੰ ਆਗਮਨ ਪੁਰਬ ਹੈ ਲਗਭਗ ਜਿੱਥੇ ਜਿੱਥੇ ਗੁਰੂ ਕੇ ਪ੍ਰੇਮੀ ਰਹਿੰਦੇ ਹੈ ਹਰ ਸਿੱਖ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦਾ ਬੜਾ ਚਾਅ ਹੈ ਹਰ ਕੋਈ ਗੁਰੂ ਜੀ ਦਾ ਪਿਆਰਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਗੁਰਪੁਰਬ ਦੀ ਖੁਸ਼ੀ ਜਿਹੜੀ ਹੈ ਉਹ ਮਨਾ ਰਿਹਾ ਹੈ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੀ ਅੱਜ ਦੇ ਦੀਵਾਨ ਵਿੱਚ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਗੁਰੂ ਕੀ ਵਡਾਲੀ ਨਗਰ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਮਾਤਾ ਧੰਨ ਮਾਤਾ ਜੀ ਮਾਤਾ ਗੰਗਾ ਜੀ ਔਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ ਜੀ ਜਦੋਂ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ ਹਜ਼ੂਰ ਗਰੀਬ ਨਵਾਜ ਜੀ ਨੇ ਸ਼ਬਦ ਉਚਾਰਿਆ ਸਤਿਗੁਰ ਸਾਚੈ ਦੀਆ ਭੇਜ ਇਹ ਸ਼ਬਦ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹਰ ਪਾਸੇ ਗੁਰੂ ਜੀ ਦੇ ਆਗਮਨ ਦੀ ਬੜੀ ਵੱਡੀ ਖੁਸ਼ੀ ਮਨਾਈ ਗਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾਤੇ ਸਤਿਗੁਰੂ ਬਹੁਤ ਵੱਡੀ ਸਮਰੱਥਾ ਦੇ ਮਾਲਕ ਸੱਚੇ ਪਾਤਸ਼ਾਹ ਔਰ ਬਹੁਤ ਵੱਡਾ ਪ੍ਰਤਾਪ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀ ਜਿਸ ਸਮੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠੇ ਸਤਿਗੁਰੂ ਜੀ ਦੇ ਸਰੀਰ ਦੀ 11 ਸਾਲਾਂ ਦੀ ਉਮਰ ਸੀਗੀ ਪਰ ਬਹੁਤ ਛੇਤੀ ਬੜਾ ਵੱਡਾ ਪ੍ਰਤਾਪ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਹੋਇਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਅੱਗੋਂ ਫਿਰ ਸਾਧ ਸੰਗਤ ਜੀ ਪੰਜ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਦੇ ਸੰਬੰਧ ਵਿੱਚ ਆਪ ਜੀ ਨੇ ਬਹੁਤ ਵਾਰ ਬੜੇ ਹੀ ਗੁਰਮੁਖਾਂ ਪਿਆਰਿਆਂ ਦੇ ਪਾਸੋਂ ਬਹੁਤ ਕੁਝ ਸਰਵਣ ਕੀਤਾ ਹੈ
ਆਓ ਅੱਜ ਆਪਾਂ ਮਹਾਰਾਜ ਸਾਹਿਬ ਜੀ ਦੀ ਬੜੀ ਸਿੱਖਿਆਦਾਇਕ ਪ੍ਰਸੰਗ ਸਾਖੀ ਜਿਹੜੀ ਹੈ ਉਹ ਆਪਾਂ ਸਰਵਣ ਕਰਨੀ ਹੈ। ਜੋੜੋ ਦੋਵੇਂ ਹੱਥ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਥਾਵਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਇਸੇ ਹੀ ਤਰ੍ਹਾਂ ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਵਿਚਰ ਵਿਚਰ ਕੇ ਬੇਅੰਤੀ ਸੰਗਤਾਂ ਦਾ ਭਲਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਜੰਗ ਲੜੇ ਹੈ, ਚਾਰਾਂ ਜੰਗਾਂ ਵਿੱਚ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ 'ਤੇ ਗਏ, ਬਾਰਾਮੂਲਾ ਦੀ ਧਰਤੀ 'ਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬਾਰਾਮੂਲਾ ਦੀ ਧਰਤੀ 'ਤੇ ਗਏ, ਉੱਥੇ ਭਾਈ ਸੁਥਰੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਰਣ ਵਿੱਚ ਆਉਣਾ ਕੀਤਾ। ਜੰਮਦਾ ਬੱਚਾ ਸੀਗਾ, ਜੰਮਦੇ ਦੇ ਦੋ ਦੰਦ ਬਾਹਰ ਸਨ ਜੀ। ਬਾਰਾਮੂਲੇ ਦੀ ਧਰਤੀ 'ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਵੇਖਣ ਵਾਲਿਆਂ ਨੇ ਕਿਹਾ ਮਹਾਰਾਜ ਬੜਾ ਕੁਥਰਾ ਹੈ। ਸੱਚੇ ਪਾਤਸ਼ਾਹ ਕਹਿੰਦੇ ਸੁਥਰਾ ਹੋਏਗਾ ਜੀ। ਗੁਰੂ ਦੇ ਮੂੰਹੋਂ ਤੇ ਸਾਧ ਸੰਗਤ ਜੀ ਬਚਨ ਹੀ ਨਿਕਲਣਾ ਹੈ, ਇੱਕ ਬਚਨ ਨਿਕਲਣਾ ਹੈ, ਉਹਦੇ ਨਾਲ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਜੀ। ਸਤਿਗੁਰੂ ਜੀ ਦਾ ਇੱਕ ਜਿਹੜਾ ਬਚਨ ਹੈ ਨਾ ਜੀ, ਉਹ ਬੜਿਆਂ ਬੜਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਦਲਣ ਦੇ ਸਮਰੱਥ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਾਰਾਮੂਲਾ ਤੋਂ ਅੱਗੇ ਜਾਂਦੇ ਹੈ, ਕਿਉਂ ਇਹ ਸਾਰਾ ਕਸ਼ਮੀਰ ਦਾ ਇਲਾਕਾ ਹੈ, ਪਹਾੜੀ ਇਲਾਕਾ ਹੈ। ਛੇਵੇਂ ਪਾਤਸ਼ਾਹ ਸਮੇਤ ਫੌਜਾਂ ਦੇ ਉਸ ਇਲਾਕੇ ਦੇ ਵਿੱਚ ਵਿਚਰ ਰਹੇ ਹੈ। ਉੱਥੋਂ ਦਾ ਇੱਕ ਪ੍ਰਸੰਗ ਆਪਾਂ ਨੇ ਸਰਵਣ ਕਰਨਾ ਹੈ, ਤਾਂ ਕਿ ਕੱਲ੍ਹ ਨੂੰ ਮਹਾਰਾਜ ਜੀ ਦਾ ਗੁਰਪੁਰਬ ਹੈ ਅਤੇ ਹਿਰਦੇ ਦੇ ਵਿੱਚ ਉਹ ਭਾਵਨਾ ਬਣ ਜਾਏ ਗੁਰਪੁਰਬ ਵਾਲੀ। ਪਿਆਰ ਦੇ ਨਾਲ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਫਸਵਾਦ ਸਿੱਖ ਇੱਕ ਸਿਮਰਤ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਸ਼ਮੀਰ ਦੇ ਵਿੱਚ ਵਿਚਰ ਰਹੇ ਹੈ ਅਤੇ ਕਸ਼ਮੀਰ ਦੇ ਵਿੱਚ ਸਾਧ ਸੰਗਤ ਜੀ ਇੱਕ ਇਲਾਕਾ ਹੈ ਹਾਫਜ਼ਾਬਾਦ। ਹਾਫਜ਼ਾਬਾਦ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਇੱਕ ਸਿੱਖ ਬੜਾ ਯਾਦ ਕਰਦਾ ਛੇਵੇਂ ਪਾਤਸ਼ਾਹ ਨੂੰ। ਸਿੱਖ ਦੱਸਦੇ ਆ ਬਜ਼ੁਰਗ ਹੈ, ਉਹਦੇ ਆਪ ਕੋ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਹੋਣੇ, ਬੜੀ ਦੂਰ ਜਾਣਾ ਪੈਣਾ ਸੀਗਾ ਜੀ। ਉਦੋਂ ਰਾਹ ਏਡੇ ਸਿੱਧੇ ਸੱਧੇ ਨਹੀਂ ਸੀ, ਸਿੱਧੇ ਪੱਧਰੇ ਨਹੀਂ ਸੀ ਹੁੰਦੇ, ਬੜੇ ਟੇਢੇ ਮੇਢੇ ਰਾਹ ਅਤੇ ਪਹਾੜੀ ਇਲਾਕਿਆਂ ਵਿੱਚੋਂ ਇੱਕ ਪਹਾੜੀ ਪਾਰ ਕਰਕੇ ਦੂਜੀ ਪਹਾੜੀ 'ਤੇ ਜਾਣਾ ਹੋਰ ਔਖਾ ਕੰਮ ਹੁੰਦਾ ਸੀਗਾ ਜੀ। ਫਿਰ ਇਹ ਜਿਹੜਾ ਪੰਜਾਬ ਦਾ ਰਸਤਾ, ਪੰਜਾਬ 'ਚ ਵੀ ਬੜੇ ਪਹਾੜ ਹੁੰਦੇ ਸੀਗੇ ਜੀ, ਅਤੇ ਇੰਨੀ ਦੂਰ ਅੰਮ੍ਰਿਤਸਰ ਆ ਕੇ ਦਰਸ਼ਨ ਕਰਨਾ ਉਹਦੇ ਵੱਸ ਦੀ ਗੱਲ ਨਹੀਂ ਸੀ ਹੈਗੀ ਜੀ। ਹਾਫਜ਼ਾਬਾਦ ਦੇ ਵਿੱਚ ਇੱਕ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੜਾ ਯਾਦ ਕਰਦਾ ਹੈ ਜੀ। ਹਾਂਜੀ, ਸਤਿਗੁਰ ਦਰਸ਼ਨ ਕੋ ਚਿੱਤ ਬਿਰਮਤ। ਉਹ ਹਮੇਸ਼ਾ ਹੀ ਆਪਣੇ ਚਿੱਤ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਲੋਚਦਾ ਰਹਿੰਦਾ ਹੈ ਜੀ। ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣ, ਕਿਹੜੇ ਵੇਲੇ ਦਰਸ਼ਨ ਹੋਣ। ਹਾਂਜੀ, ਤਿਸ ਕੋ ਦਰਸ਼ਨ ਦੈਬੇ ਹੇਤ। ਉਹਨੂੰ ਦਰਸ਼ਨ ਦੇਣ ਵਾਸਤੇ, ਕਿਉਂ ਮਹਾਰਾਜ ਉਹਦੇ ਲਾਗੇ ਇਲਾਕੇ ਵਿੱਚ ਸਨ ਕਸ਼ਮੀਰ ਦੇ ਵਿੱਚ, ਅਤੇ ਕਸ਼ਮੀਰ ਦੇ ਵਿੱਚ ਜੀ ਹਾਫਜ਼ਾਬਾਦ ਹੈ ਜੀ, ਉਹਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਸ਼੍ਰੀ ਸੋਢੀ ਕੁਲਕੇਤ। ਹਜ਼ੂਰ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਹਾਫਜ਼ਾਬਾਦ ਵਿੱਚ ਪਹੁੰਚੇ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਗੁਰੂ ਜੀ ਦਾ ਸਿੱਖ ਕਿਤੇ ਬੈਠਾ ਯਾਦ ਕਰਦਾ ਹੋਵੇ, ਮਹਾਰਾਜ ਆਪਣੇ ਸਰੀਰਕ ਕਸ਼ਟ ਦੀ ਵੀ ਪਰਵਾਹ ਨਹੀਂ ਕਰਦੇ, ਸਤਿਗੁਰੂ ਉਸ ਸਿੱਖ ਦੀ ਭਾਵਨਾ ਨੂੰ ਪੂਰਿਆਂ ਕਰਦੇ ਆ ਜੀ। ਬੜਾ ਮਹਾਰਾਜ ਨੂੰ ਉਹ ਯਾਦ ਕਰਿਆ ਕਰੇ, ਬੜੀ ਤੀਬਰ ਇੱਛਾ ਨਾਲ ਯਾਦ ਕਰਿਆ ਕਰੇ। ਸਤਿਗੁਰੂ ਜੀ ਆਪਣੇ ਜੀਵਨ ਵਿੱਚੋਂ ਬਹੁਤ ਕੀਮਤੀ ਸਮਾਂ ਕੱਢ ਕੇ ਕਸ਼ਮੀਰ ਦੇ ਵਿੱਚ ਹਾਫਜ਼ਾਬਾਦ ਵਿੱਚ ਪਹੁੰਚੇ ਜੀ। ਹਾਂਜੀ, ਪੁਰ ਤੇ ਵਹਿਰ ਕਰਿਓ ਭਿਖ ਡੇਰਾ। ਨਗਰ ਦੇ ਬਾਹਰ
ਮਹਾਰਾਜ ਸੱਚੇ ਪਾਤਸ਼ਾਹ ਨੇ ਡੇਰਾ ਕੀਤਾ ਕਿਉਂ 500 ਫੌਜ ਹਰ ਵਕਤ ਗੁਰੂ ਸਾਹਿਬ ਦੇ ਨਾਲ ਹੁੰਦੀ ਸੀਗੀ ਜੀ। 500 ਫੌਜ ਬੜਾ ਵੱਡਾ ਤੇਜ ਪ੍ਰਤਾਪ, 500 ਸਿਪਾਹੀ ਕਹਿ ਲਈਏ ਮਹਾਰਾਜ ਜੀ ਦੇ ਨਾਲ ਹੁੰਦੇ ਸੀਗੇ ਅਤੇ ਨਗਰ ਵਿੱਚ ਡੇਰਾ ਕੀਤਿਆਂ ਸਰਦਾ ਨਹੀਂ ਸੀ, ਇਸ ਕਰਕੇ ਮਹਾਰਾਜ ਨੇ ਬਾਰ ਬਾਰ ਡੇਰਾ ਕੀਤਾ ਜੀ। ਹਾਂਜੀ, ਉੱਤਰੇ ਹਾਏ ਲਗਾਏ ਤਿਸ ਬੇਰਾ, ਗਰੀਬ ਨਵਾਜ ਘੋੜੇ ਤੋਂ ਉੱਤਰ ਪਏ ਅਤੇ ਨਗਰ ਦੇ ਬਾਰ ਬਾਰ ਸੱਚੇ ਪਾਤਸ਼ਾਹ ਜੀ ਨੇ ਪੜਾ ਕਰ ਲਿਆ ਜੀ। ਹਾਂਜੀ, ਤਰਵਰ ਕੀ ਛਾਇਆ ਰਮਣੀਕ, ਅਤੇ ਰੁੱਖਾਂ ਦੀ ਛਾਂ ਬੜੀ ਰਮਣੀਕ ਸੀਗੀ, ਅਤੇ ਉਹ ਕਸ਼ਮੀਰ ਦਾ ਇਲਾਕਾ ਹੈ, ਪਹਾੜੀ ਇਲਾਕਾ ਹੈ, ਬੜੀ ਸੋਹਣੀ ਰੁੱਖਾਂ ਦੀ ਛਾਂ ਸੀਗੀ ਜੀ, ਦੁਪਹਿਰ ਦਾ ਸਮਾਂ ਜੀ। ਹਾਂਜੀ, ਸਘਨ ਸਦਲ ਗਨ ਖਰੇ ਨਜੀਕ, ਅਤੇ ਬੜੇ ਸੰਘਣੇ ਸੰਘਣੇ ਰੁੱਖ ਨੇ, ਦੁਪਹਿਰ ਦਾ ਸਮਾਂ ਪਰ ਦੁਪਹਿਰ ਮਹਿਸੂਸ ਨਹੀਂ ਹੋ ਰਹੀ ਕਿਉਂ ਛਾਂ ਬੜੀ ਹੈ ਜੀ ਉੱਥੇ। ਹਾਂਜੀ, ਫਰਸ਼ ਕਰਾਏ ਬੈਠ ਤਹ ਗਏ, ਪੁਰਮੈ ਸੁੱਧ ਹੋਈ ਗੁਰ ਆਏ, ਅਤੇ ਮਹਾਰਾਜ ਉੱਥੇ ਆਸਣ ਲਾ ਕੇ ਬੈਠ ਗਏ। ਹਾਫਜ਼ਾਬਾਦ ਦੇ ਵਿੱਚ ਖਬਰ ਪਹੁੰਚੀ ਵੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨਗਰ ਦੇ ਬਾਹਰ ਆਏ ਹੈ ਜੀ। ਹੁਣ ਸਾਨੂੰ ਪਤਾ ਲੱਗੇ ਵੀ ਬਾਹਰ ਰੋਡ 'ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਏ, ਵੇਖਿਓ ਕਿਵੇਂ ਭੱਜੇ ਜਾਂਦੇ ਜੀ ਸਾਰੇ ਜੀ, ਆਪੇ ਜਾਣਾ ਪੈਣਾ ਆਪਣੀ ਲੋੜ ਨੂੰ ਜੀ ਸਾਰਿਆਂ ਨੂੰ। ਪਿੰਡ ਵਾਲਿਆਂ ਨੂੰ ਪਤਾ ਲੱਗਾ, ਪਿੰਡ ਵਾਲੇ ਭੱਜੇ ਗਏ ਜੀ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਹਾਂਜੀ, ਕਰਮ ਚੰਦ ਸਿੱਖ ਤਾਂ ਬਸਤ ਹੈ, ਉਸੇ ਹਾਫਜ਼ਾਬਾਦ ਦੇ ਵਿੱਚ ਇੱਕ ਗੁਰੂ ਦਾ ਪਿਆਰਾ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਕਰਮ ਚੰਦ ਜੀ। ਭਾਈ ਕਰਮ ਚੰਦ ਜੀ ਬੜੇ ਪਿਆਰ ਵਾਲੇ ਸਿੱਖ ਨੇ ਜੀ। ਹਾਂਜੀ, ਬਾਣੀ ਪਠਵੈ ਅਰਥ ਰਸਤ ਹੈ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਭਾਈ ਕਰਮ ਚੰਦ ਜੀ ਬੜੇ ਪਿਆਰ ਦੇ ਨਾਲ ਪੜ੍ਹਦੇ ਹੈ, ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਹੈ, ਅਤੇ ਨਿਰਾ ਬਾਣੀ ਪੜ੍ਹਦੇ ਹੀ ਨਹੀਂ ਹੈ, ਭਾਈ ਕਰਮ ਚੰਦ ਜੀ ਨੂੰ ਇਹ ਵੀ ਬੜਾ ਸ਼ੌਂਕ ਹੈ ਵੀ ਮੈਨੂੰ ਬਾਣੀ ਦੇ ਅਰਥਾਂ ਦਾ ਵੀ ਪਤਾ ਲੱਗੇ ਜੀ। ਇਹ ਬੜੇ ਵਿਰਲੇ ਸਿੱਖਾਂ ਦੇ ਵਿੱਚ ਇਹ ਗੱਲ ਹੁੰਦੀ ਹੈ, ਫਟਾਫਟ ਰੱਟਾ ਲਾ ਕੇ ਪੜ੍ਹਨ ਵਿੱਚ ਵੀ ਬੜਾ ਲਾਭ ਹੈ, ਐਸੀ ਗੱਲ ਨਹੀਂ ਵੀ ਇਹਦੇ 'ਚ ਲਾਭ ਨਹੀਂ ਹੈਗਾ, ਬੜਾ ਵੱਡਾ ਲਾਭ ਹੈ। ਪਰ ਕਈ ਗੁਰਮੁਖ ਪਿਆਰੇ ਫਿਰ ਕਹਿੰਦੇ ਸਾਨੂੰ ਹੌਲੀ ਹੌਲੀ ਅਰਥ ਵੀ ਪਤਾ ਲੱਗਣ ਜੀ। ਭਾਈ ਕਰਮ ਚੰਦ ਜੀ ਬਾਣੀ ਪਠਬੇ ਅਰਥ ਸਹਿਤ ਹੈ, ਅਰਥਾਂ ਸਹਿਤ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹੈ ਵੀ ਮੈਂ ਅਰਥਾਂ ਦੇ ਸਹਿਤ ਬਾਣੀ ਪੜ੍ਹਾਂ। ਹੁਣ ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ, ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਹਾਂ, ਜੇ ਕੋਈ ਸਾਨੂੰ ਰਹਿਰਾਜ ਸਾਹਿਬ ਵਿੱਚੋਂ ਕਿਸੇ ਪੰਕਤੀ ਦਾ ਅਰਥ ਪੁੱਛ ਲਏ ਤਾਂ ਮੁਸ਼ਕਲ ਹੀ ਹੈ ਜੀ, ਮੁਸ਼ਕਲ ਹੀ ਹੈ। ਕਰਮ ਮਿਲੇ ਨਾ ਹੀ ਠਾਕ ਰਹਾਈਆ, ਇਹਦਾ ਕੋਈ ਅਰਥ ਪੁੱਛੇ ਤਾਂ ਕੀ ਬੰਦਾ ਕਰੇ ਜੀ। ਹੁਣ ਇਹਦੇ ਵਾਸਤੇ ਪਹਿਲਾਂ ਪੜ੍ਹਨਾ ਪੈਣਾ ਜਾਂ ਧਿਆਨ ਦੇਣਾ ਪੈਣਾ ਜੀ। ਭਾਈ ਕਰਮ ਚੰਦ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਅਰਥ ਵੀ ਪੜ੍ਹਦੇ ਹੈ ਅਤੇ ਗੁਰਬਾਣੀ ਦਾ ਪਾਠ ਵੀ ਕਰਦੇ ਹੈ। ਹਾਂਜੀ, ਸੋ ਸੁਣ ਕੇ ਆਇਓ ਤਤਕਾਲੂ, ਜਦੋਂ ਭਾਈ ਕਰਮ ਚੰਦ ਜੀ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਮਹਾਰਾਜ ਆਏ ਹੈ, ਭਾਈ ਕਰਮ ਚੰਦ ਜੀ ਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ। ਜਿਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਕਰਦੇ ਹੈ ਉਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਆਏ ਹੈ, ਭਾਈ ਕਰਮ ਚੰਦ ਜੀ ਖੁਸ਼ੀ ਖੁਸ਼ੀ ਸਾਧ ਸੰਗਤ ਜੀ ਉੱਥੇ ਆਏ ਜੀ। ਹਾਂਜੀ, ਦੇਖਿਓ ਸੁੰਦਰ ਦਰਸ ਵਿਸਾਲੂ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ ਜੀ। ਦਾਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਮਹਾਰਾਜ ਜੀ ਦੇ ਸਰੀਰ ਦਾ ਡੀਲ ਡੌਲ ਬਹੁਤ ਸੀਗਾ ਜੀ, ਜੁੱਸਾ ਭਰਿਆ ਸੀ ਸੱਚੇ ਪਾਤਸ਼ਾਹ ਜੀ ਦਾ, 7.5 ਫੁੱਟ ਉੱਚਾ ਕੱਦ ਸੀਗਾ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲੈਂਦਾ ਸੀ ਉਹਦੇ ਪਾਪ ਧੁੱਪ ਜਾਂਦੇ ਸਨ ਉਸੇ ਸਮੇਂ ਜੀ, ਏਡਾ ਪ੍ਰਤਾਪ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦਾ। ਹੁਣ ਤੁਸੀਂ ਅੰਦਾਜ਼ਾ ਲਾਓ ਜੀ, 7.5 ਫੁੱਟ ਉੱਚਾ ਕੋਈ ਹੋਏ ਜੀ ਸਾਡੇ ਸਾਹਮਣੇ, ਹਾਂਜੀ, ਅਤੇ ਜੁੱਸਾ ਹੋਵੇ ਪੂਰਾ ਜੀ, ਸਰੀਰ ਦਾ ਡੀਲ ਡੌਲ ਹੋਵੇ, ਉਤੋਂ ਹੋਵੇ ਸੁੰਦਰ ਸਰੂਪ, ਅਤੇ ਹੋਵੇ ਗੁਰੂ ਸਾਹਿਬ ਗੁਰਤਾ ਗੱਦੀ ਦੇ ਮਾਲਕ। ਪਿਆਰਿਓ, ਜਿਹੜਾ ਮਹਾਰਾਜ ਦੇ ਦਰਸ਼ਨ ਕਰ ਲੈਂਦਾ ਸੀ ਪਾਪ ਧੁੱਪ ਜਾਂਦੇ ਸੀ ਇੱਕ ਵਾਰੀ ਸਾਰੇ ਜੀ ਉਹਦੇ ਜੀ, ਪਾਪ ਧੁੱਪ ਜਾਂਦੇ ਸੀਗੇ। ਭਾਈ ਕਰਮ ਚੰਦ ਹੋਣਾ ਨੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਬੰਦਨ ਕਰੀ ਚਰਨ ਅਰਬਿੰਦ, ਤੇ ਪਤਾ ਕੀ ਕੀਤਾ ਜੀ, ਨੇੜੇ ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਜੀ। ਆਪਾਂ ਵੀ ਟੇਕੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬੂਝਤ ਭੇ ਸ਼੍ਰੀ ਹਰਗੋਬਿੰਦ। ਤੇ ਵੇਖ ਲੋ ਗੱਲ ਤੇ ਅੰਦਰ ਦੇ ਭਾਵ ਦੀ ਹੈ ਜੀ, ਅੰਦਰ ਦੀ ਸ਼ਰਧਾ ਦੀ ਹੈ। ਹੋਰ ਵੀ ਪਿੰਡ ਵਾਲੇ ਬੜੇ ਆਏ ਆ, ਪਰ ਕਰਮ ਚੰਦ ਜੀ ਨਾਲ ਮਹਾਰਾਜ ਗੱਲ ਕਰਨ ਲੱਗ ਪਏ ਜੀ, ਗੱਲ ਕਰਨ ਲੱਗ ਪਏ। ਉਸ ਸਮੇਂ ਜਿਹਦੇ ਨਾਲ ਗੁਰੂ ਸਾਹਿਬ ਗੱਲ ਕਰ ਲੈਣ, ਬੜੇ ਵੱਡੇ ਭਾਗ ਸਨ ਜੀ। ਇੰਨਾ ਸਮਾਂ ਥੋੜ੍ਹੀ ਹੁੰਦਾ ਸੀ ਕਿਸੇ ਨਾਲ ਗੱਲ ਕਰਨ ਦਾ ਜੀ। ਮਹਾਰਾਜ ਕਰਮ ਚੰਦ ਜੀ ਨਾਲ ਗੱਲ ਕਰਨ ਲੱਗ ਪਏ, ਬਚਨ ਕਰਨ ਲੱਗ ਪਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂਜੀ, ਕੌਣ ਹੈ, ਕਿਸ ਥਲ ਮੈਂ ਬਾਂਸੇ। ਅੱਛਾ, ਪਤਾ ਵੀ ਸਾਰਾ ਕੁਝ ਹੈ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਫਿਰ ਵੀ ਪੁੱਛਦੇ ਹੈ, ਮਹਾਰਾਜ ਕਹਿੰਦੇ ਭਾਈ ਜੀ ਤੁਸੀਂ ਕੌਣ ਹੋ, ਕਿਹੜੀ ਥਾਂ ਤੇ ਰਹਿੰਦੇ ਹੋ, ਕਿਸ ਕਾਰਜ ਆਇਓ ਹਮ ਪਾਸੈ, ਤੇ ਸਾਡੇ ਕੋ ਕੀ ਕਰਨ ਆਏ ਹੋ, ਗੱਜ ਕੇ ਆਖੋ। ਵਾਹਿਗੁਰੂ, ਪਤਾ ਵੀ ਸਾਰੀ ਗੱਲ ਦਾ ਮਹਾਰਾਜ ਨੂੰ। ਹਾਂਜੀ, ਕਰਮ ਚੰਦ ਕਰ ਜ਼ੋਰ ਉਚਾਰੀ। ਹੁਣ ਇਹ ਮਰਜ਼ਾਦਾ ਸਿੱਖਣ ਵਾਲੀ ਗੱਲ ਹੈ, ਜਦੋਂ ਆਪ ਤੋਂ ਵੱਡੇ ਨਾਲ ਜਾਂ ਸਤਿਗੁਰਾਂ ਦੇ ਨਾਲ ਬਚਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਤੇ ਹੱਥ ਜੋੜ ਲੈਣੇ ਜੀ, ਹੱਥ ਜੋੜ ਲੈਣੇ। ਕਰਮ ਚੰਦ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਜੀ। ਹਾਂਜੀ, ਰਾਵਰ ਸਿੱਖ ਬਸੋ ਇਸ ਪੁਰੀ। ਮਹਾਰਾਜ ਨੇ ਪੁੱਛਿਆ ਨਾ ਤੂੰ ਕੌਣ ਹੈ ਤੇ ਕਿੱਥੇ ਰਹਿੰਦਾ, ਤੇ ਕਰਮ ਚੰਦ ਜੀ ਹੱਥ ਜੋੜ ਕੇ ਕਹਿੰਦੇ ਦਾਤਾ ਜੀ ਤੁਹਾਡਾ ਸਿੱਖ ਹਾਂ ਤੇ ਇਸੇ ਨਗਰੀ 'ਚ ਹੀ ਵੱਸਦਾ ਹੈ। ਮਹਾਰਾਜ ਆਪ ਜੀ ਦਾ ਸਿੱਖ ਹਾਂ, ਇਸੇ ਨਗਰੀ ਵਿੱਚ ਵੱਸਦਾ ਸੱਚੇ ਪਾਤਸ਼ਾਹ। ਜਥਾ ਸ਼ਕਤ ਚਾਹੋ ਤੁਮ ਸੇਵਾ। ਮਹਾਰਾਜ ਨੇ ਪੁੱਛਿਆ ਸੀ ਕੀ ਕੰਮ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਸੇਵਾ ਕਰਨੀ ਚਾਹੁੰਦਾ, ਮਹਾਰਾਜ ਤੁਹਾਡੇ ਦਰਸ਼ਨ ਤੁਹਾਡੀ ਸੇਵਾ ਕਰਨੀ ਚਾਹੁੰਦੇ, ਹੋਰ ਕੀ ਕੰਮ ਹੋ ਸਕਦਾ ਸਾਨੂੰ। ਹਾਂਜੀ, ਵੱਡੇ ਭਾਗ ਪਹੁੰਚੇ ਗੁਰਦੇਵਾ। ਮੇਰੇ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਆਪ ਜੀ ਮਹਾਰਾਜ ਸਾਡੇ ਨਗਰ ਵਿੱਚ ਆਏ ਹੋ, ਹਾਫਜ਼ਾਬਾਦ ਵਿੱਚ ਆਏ ਹੋ, ਸਾਡੇ ਨਗਰ ਵਿੱਚ ਆਏ ਹੋ, ਸਾਡੇ ਬੜੇ ਵੱਡੇ ਭਾਗ ਨੇ। ਇਮ ਕਹਿ ਗਇਓ ਸਦਨ ਤਤਕਾਲਾ। ਇਹ ਕਹਿ ਕੇ ਤੇ ਭਾਈ ਕਰਮ ਚੰਦ ਜੀ ਆਪਣੇ ਘਰ ਗਏ ਜੀ। ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਫਿਰ ਉਹ ਟਿਕ ਕੇ ਨਹੀਂ ਬਹਿੰਦੇ ਜੀ, ਗੱਜ ਕੇ ਆਖੋ। ਵਾਹਿਗੁਰੂ, ਲੱਗੇ ਰਹਿੰਦੇ ਕੋਈ ਨਾ ਕੋਈ ਸੇਵਾ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਲ ਜਾਵੇ ਜੀ, ਮਿਲ ਜਾਵੇ ਜੀ। ਜਿਹਦੇ ਅੰਦਰ ਪਿਆਰ ਨਹੀਂ ਉਹਨੂੰ ਆਖੀ ਜਾਓ ਤਾਂ ਵੀ ਨਹੀਂ ਹਿੱਲਦਾ ਜੀ, ਕਿਉਂ ਪਿਆਰ ਨਹੀਂ ਹੈਗਾ ਜੀ। ਕਰਮ ਚੰਦ ਜੀ ਦਾ ਹਿਰਦਾ ਪਿਆਰ ਨਾਲ ਭਰਿਆ ਪਿਆ ਜੀ, ਪਿਆਰ ਨਾਲ ਭਰਿਆ ਪਿਆ। ਕਰਮ ਚੰਦ ਜੀ ਉਸੇ ਵੇਲੇ ਹੀ ਆਪਣੇ ਘਰ ਚਲੇ ਗਏ ਜੀ। ਹਾਂਜੀ, ਸਰਬ ਸਮੱਗਰੀ ਲਿਆਏ ਬਿਸਾਲਾ। ਤੇ ਆਪਣੇ ਘਰ ਚੋਂ ਇਕੱਲੇ ਹੀ ਬੜਾ ਸਮਾਨ ਲੈ ਆਏ ਜੀ, ਪਿੰਡ ਵਾਲਿਆਂ ਨੇ ਤੇ ਅਜੇ ਲਿਆਉਣਾ ਤੇ ਕਰਮ ਚੰਦ ਜੀ ਇਕੱਲੇ ਹੀ ਜਾ ਕੇ ਬੜਾ ਸਮਾਨ ਲੈ ਆਏ ਜੀ। ਹਾਂਜੀ, ਹੇਤ ਪਵੰਗਮ ਤ੍ਰਿਣ ਅਰਦਾਣਾ। ਸੱਚੇ ਪਾਤਸ਼ਾਹ ਮਹਾਰਾਜ ਫਿਰ ਕੀ ਕੀ ਲੈ ਕੇ ਆਏ? ਮਹਾਰਾਜ ਘੋੜਿਆਂ ਵਾਸਤੇ, ਵਾਹਿਗੁਰੂ, ਕਰਮ ਚੰਦ ਜੀ ਗੁਰੂ ਸਾਹਿਬ ਦੇ ਘੋੜਿਆਂ ਵਾਸਤੇ ਦਾਣਾ ਲੈ ਕੇ ਆਏ ਜੀ। ਇਹ ਬੜੀ ਵੱਡੀ ਸੇਵਾ ਸੀ, ਹੁਣ ਵੀ ਅਸੀਂ ਦੇ ਦਿੰਦੇ ਹਾਂ ਮਾਇਆ ਵੀ ਪੈਟਰੋਲ ਪਵਾ ਲਿਓ ਗੱਡੀ 'ਚ, ਇਹ ਉਹਨਾਂ ਦਾ ਪੈਟਰੋਲ ਹੀ ਸੀਗਾ ਜੀ ਘੋੜਿਆਂ ਨੂੰ ਦਾਣਾ ਜੀ। ਛੇਤੀ ਦੇ ਨਾਲ ਘੋੜਿਆਂ ਦਾ ਦਾਣਾ ਲੈ ਕੇ ਆਏ। ਹਾਂਜੀ, ਚਾਵਰ ਚੂਨ ਦਾਰ ਬਿਦ ਨਾਨਾ। ਚੌਲ ਆਟਾ ਦਾਲਾਂ ਸਿੱਖਾਂ ਦੇ ਜਲ ਪਾਣੀ ਵਾਸਤੇ ਪ੍ਰਸ਼ਾਦੇ ਵਾਸਤੇ ਭਾਈ ਸਾਹਿਬ ਲੈ ਕੇ ਆਏ ਜੀ। ਹਾਂਜੀ, ਸਰਪੀ ਸਿਤਾ ਆਨ ਕਰ ਨੀਕੇ। ਤੇ ਸਾਧ ਸੰਗਤ ਜੀ ਘਿਓ ਖੰਡ ਲਿਆ ਕੇ ਸਾਰਾ ਕੁਛ ਸ਼੍ਰੀ ਗੁਰ ਕੇ ਸਭ ਧਰਿਓ ਨਜੀਕੇ। ਬੜਾ ਕੁਝ ਭਾਵ ਤੁਸੀਂ ਖੰਡ ਘਿਓ ਦਾਣੇ ਬੜਾ ਕੁਝ ਲਿਆ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤੇ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਮਹਾਰਾਜ ਕਰਮ ਚੰਦ ਜੀ ਦਾ ਪਿਆਰ ਵੇਖਣ, ਵੀ ਕਰਮ ਚੰਦ ਦੇ ਅੰਦਰ ਪਿਆਰ ਬੜਾ ਹੈ ਜੀ। ਹਾਂਜੀ, ਆਇਸ ਪਾਏ ਅਰਾਲਿਕ ਤਬੈ, ਭੋਜਨ ਕਰਿਓ ਤਿਆਰ ਸ਼ੁਭ ਸਬੈ। ਲਾਂਗਰੀ ਆ ਗਿਆ ਜੀ, ਲਾਂਗਰੀ ਨੇ ਉਸੇ ਵੇਲੇ ਆਗਿਆ ਲੈ ਕੇ, ਉਹ ਜਿਹੜਾ ਖੰਡ ਘਿਓ ਆਟਾ ਚੌਲ ਆਇਆ ਸਾਰਾ ਕੁਝ ਲੰਗਰ ਛੇਤੀ ਛੇਤੀ ਬਣਾਇਆ ਜੀ। ਹਾਫਜ਼ਾਬਾਦ ਨਗਰ ਦੇ ਬਾਹਰ ਸਤਿਗੁਰੂ ਬੈਠੇ ਹੈ ਤੇ ਲੰਗਰ ਪੱਕਣ ਲੱਗ ਪਿਆ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਜਬ ਤ੍ਰਿਪਤਾਏ। ਤੇ ਮਹਾਰਾਜ ਗਰੀਬ ਨਵਾਜ਼,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਰੱਜ ਕੇ ਪ੍ਰਸ਼ਾਦਾ ਛਕਿਆ ਜੀ, ਰੱਜ ਕੇ ਜੀ। ਹਾਂਜੀ, ਹੋਏ ਪ੍ਰਸੰਨ ਬੈਠੇ ਤਰ ਛਾਏ, ਪ੍ਰਸ਼ਾਦਾ ਛਕ ਕੇ ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ ਜੀ ਉੱਥੇ। ਹਾਂਜੀ, ਬੋਲਿਓ ਕਰਮ ਚੰਦ ਕਰ ਜੋਰ। ਹੁਣ ਕਰਮ ਚੰਦ ਨੇ ਵੇਖਿਆ ਵੀ ਮਹਾਰਾਜ ਪ੍ਰਸੰਨ ਹੈ ਤੇ ਗੁਰੂ ਸਾਹਿਬ ਨਾਲ ਕੋਈ ਗੁਰਬਾਣੀ ਦੀ ਗੱਲ ਕੀਤੀ ਜਾਵੇ ਜੀ। ਗੱਟ ਕੇ ਆਖੋ ਵਾਹਿਗੁਰੂ। ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਸੱਚੇ ਪਾਤਸ਼ਾਹ ਮਹਾਰਾਜ, ਇੱਕ ਬੇਨਤੀ ਕਰਨੀ ਹੈ ਤੁਹਾਨੂੰ। ਹਾਂਜੀ। ਚਾਹਤ ਰਹੇ ਉਹ ਆਵਨ ਤੁਮ ਔਰ। ਮੈਂ ਬੜੇ ਚਿਰ ਦੀ ਮੇਰੀ ਇੱਛਾ ਸੀ ਆਪ ਜੀ ਸਾਡੇ ਇਸ ਇਲਾਕੇ ਵਿੱਚ ਆਓ ਮਹਾਰਾਜ, ਮੇਰੀ ਬੜੇ ਚਿਰ ਦੀ ਇੱਛਾ ਸੀਗੀ। ਹਾਂਜੀ। ਜਪ ਜੀ ਕੇ ਅਰਥਨ ਕੀ ਚਾਹੂ। ਕਿਉਂ, ਮੈਂ ਆਪ ਜੀ ਦੇ ਮੁਖੋਂ ਜਪਜੀ ਸਾਹਿਬ ਦੇ ਅਰਥ ਸੁਣਨਾ ਚਾਹੁੰਦਾ ਮਹਾਰਾਜ। ਅੱਜ ਕੇ ਆਖੋ ਵਾਹਿਗੁਰੂ। ਹੁਣ ਵੇਖ ਲਓ ਭਾਈ ਕਰਮਚੰਦ ਜੀ ਦੀ ਕਿਹੋ ਜਿਹੀ ਅਵਸਥਾ ਹੋਏਗੀ ਜੀ। ਮੇਰੇ ਖਿਆਲ ਨਾਲ ਇੱਥੇ ਆਪਾਂ ਜਿੰਨੇ ਸਿੱਖ ਬੈਠੇ ਹਾਂ, ਕੋਈ ਵਿਰਲਾ ਸਿੱਖ ਹੋਏਗਾ ਜੀ ਜਿਹਦੇ ਮਨ 'ਚ ਕਦੀ ਇਹ ਇੱਛਾ ਪੈਦਾ ਹੋਈ ਹੋਵੇ ਵੀ ਮੈਂ ਜਪਜੀ ਸਾਹਿਬ ਦੇ ਸਾਰੇ ਅਰਥ ਸੁਣ ਲਵਾਂ ਜੀ ਇੱਕ ਵਾਰੀ ਜੀ, ਮੈਨੂੰ ਜਪਜੀ ਸਾਹਿਬ ਦੇ ਅਰਥਾਂ ਦਾ ਪਤਾ ਲੱਗ ਜਾਵੇ ਜੀ। ਕੋਈ ਵਿਰਲਾ ਬੰਦਾ ਭਾਗਾਂ ਵਾਲਾ। ਮਹਾਰਾਜ, ਮੈਂ ਜਪਜੀ ਸਾਹਿਬ ਦੇ ਅਰਥ ਸੁਣਨਾ ਚਾਹੁੰਦਾ ਮਹਾਰਾਜ। ਸੁਣੋ ਸ਼੍ਰੋਣ ਮੈਂ ਰਾਵਰ ਪਾਹੂ। ਤੇ ਸੁਣਨਾ ਵੀ ਤੁਹਾਡੇ ਕੋਲੋਂ ਚਾਹੁੰਦਾ ਮਹਾਰਾਜ, ਸੁਣਨਾ ਵੀ ਤੁਹਾਡੇ ਮੁੱਖੋਂ ਚਾਹੁੰਦਾ। ਹੁਣ ਗਿਆਨੀ ਅਰਥ ਕਰੇ ਆਪਣੇ ਅੰਦਾਜ਼ੇ ਨਾਲ ਕਰ ਦੇਗਾ ਜੀ, ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜਪਜੀ ਸਾਹਿਬ ਦੇ ਅਰਥ ਕਰਨਗੇ ਤਾਂ ਫਿਰ ਅਰਥ ਵੀ ਸਤਿਗੁਰਾਂ ਵਰਗੇ ਹੋਣਗੇ ਨਾ ਜੀ। ਉਹ ਮਸਕੀਨ ਜੀ ਕਹਿੰਦੇ ਸੀ ਨਾ, 10 ਸਾਲ ਪਹਿਲਾਂ ਜਿਹੜੀ ਕਥਾ ਕੀਤੀ 10 ਸਾਲ ਬਾਅਦ ਕਹਿੰਦੇ ਸੀ ਨਹੀਂ ਇਹ ਨਹੀਂ ਸਹੀ ਹੈਗੀ ਜੀ। ਕਿਉਂ? ਅਵਸਥਾ 'ਚ ਤਰੱਕੀ ਹੋ ਗਈ ਜੀ। ਜਦੋਂ ਅਵਸਥਾ 'ਚ ਤਰੱਕੀ ਹੋ ਜਾਵੇ ਫਿਰ ਅਰਥ ਬਦਲ ਜਾਂਦੇ ਹੈ, ਅਤੇ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਨੇ ਜੀ ਜਿਨ੍ਹਾਂ ਨੇ ਗੁਰਬਾਣੀ ਉਚਾਰੀ ਹੈ, ਅਤੇ ਮਹਾਰਾਜ ਦੇ ਅਰਥ ਕਰਨਗੇ ਤਾਂ ਫਿਰ ਸਤਿਗੁਰੂ ਜੀ ਦੇ ਅਰਥ ਵੀ ਤਾਂ ਸਤਿਗੁਰੂ ਜੀ ਵਰਗੇ ਹੋਣੇ ਆ ਨਾ। ਵੇਖੋ ਭਾਈ ਕਰਮਚੰਦ ਜੀ ਕਿੱਡੇ ਸਿਆਣੇ, ਕਰੀ ਆਖੋ ਧੰਨ ਭਾਈ ਕਰਮਚੰਦ ਜੀ। ਧੰਨ ਭਾਈ ਕਰਮਚੰਦ ਜੀ, ਧੰਨ ਕਹਿਣਾ ਚਾਹੀਦਾ ਜੀ, ਬੜੇ ਸਿਆਣੇ ਨੇ ਜੀ। ਮਹਾਰਾਜ, ਜਪਜੀ ਸਾਹਿਬ ਦੇ ਅਰਥ ਸੁਣਨੇ ਅਤੇ ਸੁਣਨੇ ਵੀ ਤੁਹਾਡੇ ਮੁਖੋਂ ਨੇ ਮਹਾਰਾਜ। ਹਾਂਜੀ। ਕਿਰਪਾ ਕਰੋ ਮੁਝ ਦਿਓ ਸੁਣਾਏ। ਕਿਰਪਾ ਕਰੋ ਸੱਚੇ ਪਾਤਸ਼ਾਹ ਗਰੀਬ ਨਵਾਜ, ਅਤੇ ਮੈਨੂੰ ਜਪਜੀ ਸਾਹਿਬ ਦੇ ਅਰਥ ਸੁਣਾਓ ਮਹਾਰਾਜ। ਹਾਂਜੀ। ਤੁਮ ਬਿਨ ਅਪਰ ਨਾ ਕਿਸ ਤੇ ਆਏ। ਕਿਉਂ? ਤੁਹਾਡੀ ਬਾਣੀ ਹੈ ਮਹਾਰਾਜ, ਸਿੱਖ ਤੇ ਬੜੇ ਅਰਥ ਕਰਦੇ ਆ ਪਰ ਗੁਰਬਾਣੀ ਤੁਹਾਡੀ ਹੈ ਅਤੇ ਇਹਦੇ ਅਰਥ ਤੁਸੀਂ ਜਾਣਦੇ ਹੋ ਮਹਾਰਾਜ, ਤੁਸੀਂ ਜਾਣਦੇ ਹੋ। ਸਿੱਖ ਪੰਥ ਵਿੱਚ ਗਿਆਨੀਆਂ ਦੀ ਕਮੀ ਨਹੀਂ ਹੈਗੀ ਸਾਧ ਸੰਗਤ ਜੀ, ਅਤੇ ਇਕੱਲੇ ਸਿੱਖ ਪੰਥ 'ਚ ਨਹੀਂ, ਜਪਜੀ ਸਾਹਿਬ ਦੇ ਅਰਥ ਕਰਨ ਵਾਲੇ ਬੜੇ ਨੇ ਜੀ, ਬੜੇ ਨੇ। ਓਸ਼ੋ ਨੇ ਵੀ ਜਪਜੀ ਸਾਹਿਬ ਦੇ ਅਰਥ ਕੀਤੇ ਸਨ, ਉਹਦੇ ਨਾਂ ਪੁਸਤਕ ਹੈ ਜੀ, ਉਹਦਾ ਗ੍ਰੰਥ ਹੈ ਇੱਕ, ਇੱਕ ਓਅੰਕਾਰ ਸਤਨਾਮ, ਉਹਨੇ ਜਪਜੀ ਸਾਹਿਬ ਦੇ ਅਰਥ ਕੀਤੇ ਹੈ। ਹੋਰ ਆਚਾਰਿਆ ਹਿੰਦੂ ਧਰਮ ਵਿੱਚੋਂ ਬੜਿਆਂ ਨੇ ਅਰਥ ਕੀਤੇ ਹੈ, ਮੁਸਲਮਾਨ ਵੀਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੈ, ਅਤੇ ਆਪਣੇ ਸਿੱਖ ਪੰਥ ਦੇ ਬੜੇ ਗਿਆਨੀ ਜਪਜੀ ਸਾਹਿਬ ਦਾ ਅਰਥ ਕਰਦੇ ਹੈ ਜੀ, ਅਰਥ ਕਰਦੇ ਹੈ। ਬੜੇ ਬੜੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਮਹਾਂਪੁਰਖਾਂ ਨੇ ਅਰਥ ਕੀਤੇ ਹੈ ਬਾਣੀ ਦੇ, ਗੁਰਬਾਣੀ ਦੇ ਬੜੇ ਬੜੇ ਜੋ ਉੱਚੇ ਮਹਾਂਪੁਰਖਾਂ ਨੇ ਅਰਥ ਕੀਤੇ ਹੈ ਜੀ, ਕੋਈ ਸ਼ੱਕ ਨਹੀਂ ਹੈ। ਭਾਈ ਕਰਮਚੰਦ ਜੀ ਕਹਿੰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਮੁਖੋਂ ਅਰਥ ਸੁਣਨਾ ਚਾਹੁੰਦਾ। ਕਿਉਂ? ਮਹਾਰਾਜ ਜੋ ਅਰਥ ਤੁਸੀਂ ਕਰਨੇ ਉਹ ਤੁਸੀਂ ਕਰਨੇ ਆ ਮਹਾਰਾਜ। ਹਾਂਜੀ। ਸ਼੍ਰੀ ਹਰਗੋਬਿੰਦ ਬਾਕ ਬਖਾਨਾ। ਸ਼੍ਰੀ ਹਰਗੋਬਿੰਦ ਬਾਕ ਬਖਾਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਦੀ ਗੱਲ ਸੁਣ ਕੇ ਉਹਨੂੰ ਉੱਤਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਜਪ ਕੇ ਅਰਥ ਮਹਾਨ ਮਹਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖਾ, ਜਪਜੀ ਸਾਹਿਬ ਦੇ ਅਰਥ ਬੜੇ ਮਹਾਨ ਨੇ, ਬਹੁਤ ਮਹਾਨ ਅਰਥ ਨੇ,
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਮਹਾਂਪੁਰਸ਼ ਉਹਨਾਂ ਨਾਲ ਨਿਰਮਲੇ ਮਹਾਂਪੁਰਖ ਚਰਚਾ ਕਰਨ ਆਏ ਅਤੇ ਇੱਕ ਓਅੰਕਾਰ ਦੇ ਅਰਥ 'ਤੇ ਕਈ ਮਹੀਨੇ ਲੱਗੇ ਰਹੇ ਸਾਧਸੰਗ ਜੀ। ਇੱਕ ਓਅੰਕਾਰ ਅਰਥ ਕਰਨਾ, ਇਸ ਅਰਥ ਕਰਨ ਨੂੰ ਕਰਨ ਵਿੱਚ ਹੀ, ਇੱਕ ਓਅੰਕਾਰ ਦੇ ਅਰਥ ਕਰਨ ਵਿੱਚ ਹੀ ਕਈ ਮਹੀਨੇ ਲਾ ਦਿੱਤੇ ਜੀ ਉਹਨਾਂ ਨੇ ਜੀ। ਉਹਨਾਂ ਮਹਾਂਪੁਰਖਾਂ ਦੇ ਕਪਾਟ ਖੁੱਲ੍ਹੇ ਸਨ ਜੀ, ਅਤੇ ਉਹ ਵੀ ਮਹਾਰਾਜ ਦੇ ਸਿੱਖ ਨੇ ਜੀ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਸਿੱਖਾ ਜਪਜੀ ਸਾਹਿਬ ਦੇ ਜਿਹੜੇ ਅਰਥ ਹੈ ਬੜੇ ਮਹਾਨ ਨੇ। ਜਪ ਕੇ ਅਰਥ ਮਹਾਨ ਮਹਾਨਾ, ਇੱਕ ਮਹਾਨ ਨਹੀਂ ਮਹਾਨ ਤੋਂ ਮਹਾਨ ਅਰਥ ਨੇ ਮਹਾਰਾਜ ਕਹਿੰਦੇ। ਭਾਵ ਇਹਦੇ ਕਈ ਅਰਥ ਹੋ ਜਾਂਦੇ ਸੱਚੇ ਪਾਤਸ਼ਾਹ ਕਹਿੰਦੇ। ਹਾਂਜੀ, ਜਥਾ ਵੇਦ ਪਦ ਅਰਥ ਉਚਾਰੈ, ਸਮਝਣ ਮਾਤਰ, ਸਮਝਣ ਮਾਤਰ ਤੈਨੂੰ ਕਹਿ ਦਿੰਦੇ ਹੈ ਜਪਜੀ ਸਾਹਿਬ ਦੇ ਅਰਥਾਂ ਬਾਰੇ, ਸਮਝਣ ਮਾਤਰ। ਅਰਥ ਤਾਂ ਨਹੀਂ ਮਹਾਰਾਜ ਕਹਿੰਦੇ ਅਸੀਂ ਕਰ ਸਕਦੇ, ਅਰਥ ਤਾਂ ਨਹੀਂ ਕਰ ਸਕਦੇ, ਕਿਉਂ? ਦਾਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਿਹੜਾ ਆਖੇ ਮੈਂ ਪੂਰਾ ਅਤੇ ਮੈਂ ਅਰਥ ਕਰ ਸਕਦਾ, ਸਮਝੋ ਕਰ ਹੀ ਨਹੀਂ ਸਕਦਾ ਜੀ, ਉਹਦੇ ਵੱਸ ਦੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਅਰਥ ਤਾਂ ਨਹੀਂ ਅਸੀਂ ਕਰ ਸਕਦੇ। ਤੂੰ ਵੈਸੇ ਜਪ ਦਾ ਮਤਲਬ ਸੁਣ ਲਾ ਵੀ ਜਪ ਕਿਹਨੂੰ ਕਹਿੰਦੇ ਆ। ਕਹਿੰਦੇ ਜਿਹੜੇ ਵੇਦ ਹੈ ਨਾ, ਵੇਦ, ਵੇਦ ਸ਼ਬਦ ਦਾ ਕੀ ਅਰਥ ਹੈ ਉਹ ਸੁਣੋ। ਹਾਂਜੀ, ਨਿਜ ਸਰੂਪ ਜਾਨਣ ਨਿਰਧਾਰੈ, ਵੇਦ ਪੜ੍ਹਨ ਵਾਲੇ ਜਿਹੜੇ ਬੰਦੇ ਹੈ ਨਾ, ਉਹ ਆਪਣਾ ਨਿੱਜੀ ਸਰੂਪ ਜਾਣ ਲੈਂਦੇ ਆ ਜੀ। ਚਾਰ ਵੇਦ ਨੇ ਅਤੇ ਚਾਰਾਂ ਵੇਦਾਂ ਦੇ ਵੱਖ ਵੱਖ ਤੱਤ ਨੇ ਸਾਧ ਸੰਗਤ ਜੀ, ਵੱਖ ਵੱਖ ਉਹਨਾਂ ਦੇ ਮਹਾਂਵਾਕ ਨੇ ਜੀ। ਰਿਗ ਵੇਦ, ਸਾਮ ਵੇਦ, ਯੁਜੁਰ ਵੇਦ ਅਤੇ ਅਥਰਵਣ ਵੇਦ ਜੀ, ਚਾਰ ਵੇਦ ਨੇ ਜੀ। ਇਹ ਕਿਸੇ ਦਾ ਅਹੰ ਬ੍ਰਹਮ ਅਸ਼ਟਮੀ ਹੈ, ਕਿਸੇ ਦਾ ਕੁਝ ਹੈ, ਕਿਸੇ ਦਾ ਕੁਝ ਹੈ ਜੀ। ਤਤਵ ਮਸੀ ਯੁਜੁਰ ਵੇਦ ਦਾ ਜੀ। ਇਸ ਕਰਕੇ ਇਹ ਮਹਾਂਵਾਕ ਨੇ, ਮਹਾਂਵਾਕ ਜੀ ਇਹਨਾਂ ਦੇ ਜੀ। ਤੱਤ ਭਾਵ ਕਹਿ ਲਈਏ, ਵੇਦਾਂ ਦੀ ਜਿਹੜਾ ਵਿਚਾਰ ਕਰਦਾ ਹੈ, ਪੁਰਾਤਨ ਮਹਾਤਮਾ ਕਰਦੇ ਰਹੇ ਹੈ, ਅਤੇ ਹੁਣ ਦੇ ਸਮੇਂ ਕੋਈ ਵੇਦਾਂ ਦੀ ਵਿਚਾਰ ਕਰਨ ਲੱਗਿਆਂ ਬੜਾ ਸਮਾਂ ਲੱਗ ਜਾਏਗਾ ਜੀ। ਸੱਚੇ ਪਾਤਸ਼ਾਹ ਕਹਿੰਦੇ ਵੇਦ ਪੜ੍ਹਨ ਵਾਲੇ ਬੰਦੇ ਨਿੱਜੀ ਸਰੂਪ ਨੂੰ ਜਾਣਦੇ, ਨਿੱਜੀ ਸਰੂਪ ਨੂੰ, ਜਿਹੜੇ ਪੜ੍ਹ ਕੇ ਅਮਲ ਕਰਦੇ, ਜਿਹੜੇ ਫੋਕੜ ਗਿਆਨੀ ਨਹੀਂ ਸਾਧ ਸੰਗਤ ਜੀ, ਜਿਹੜੇ ਪੜ੍ਹ ਕੇ ਅਮਲ ਕਰਦੇ ਹੈ। ਹਾਂਜੀ, ਤਿਮ ਜਪ ਪਦ ਕੋ ਅਰਥ ਲਖੀਜੈ, ਜਾਨਣ ਆਪਣ ਸਰੂਪ ਨਜੀਜੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਜਿਹੜਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸੀ ਸਿੱਖ ਹੈ ਨਾ, ਉਹ ਆਪਣੇ ਨਿੱਜੀ ਸਰੂਪ ਨੂੰ ਜਾਣ ਲੈਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਇਸ ਬਾਣੀ ਦਾ ਜਾਪ ਕਰਦਾ ਹੈ, ਉਹਦਾ ਸੰਬੰਧ ਹੌਲੀ ਹੌਲੀ ਸੰਸਾਰ ਤੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਹੌਲੀ ਹੌਲੀ ਸਾਧ ਸੰਗਤ ਜੀ ਉਹ ਆਤਮਾ ਦੇ ਤਲ 'ਤੇ ਚਲੇ ਜਾਂਦਾ ਹੈ। ਜਪਜੀ ਸਾਹਿਬ ਪੜ੍ਹਨ ਵਾਲੇ ਸਿੱਖਾਂ ਦੀ ਅਵਸਥਾ ਵੀ ਹੈਰਾਨ ਹੀ ਕਰ ਦਿੰਦੀ ਜੀ। ਜਿਹੜਾ ਸਿੱਖ ਜਪਜੀ ਸਾਹਿਬ ਦਾ ਅਭਿਆਸੀ ਹੋਏਗਾ ਨਾ ਜੀ, ਉਹਦੀ ਭੁੱਖ ਘੱਟ ਜਾਏਗੀ ਜੀ, ਉਹਦੀ ਨੀਂਦ ਵੀ ਘੱਟ ਜਾਏਗੀ ਜੀ। ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਜਿਹੜਾ ਬੜੀ ਮਹਾਨ ਅਵਸਥਾ ਬੰਦੇ ਨੂੰ ਦੇ ਦਿੰਦਾ ਹੈ। ਬੜੇ ਬੜੇ ਮਹਾਂਪੁਰਖ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦੇ ਰਹੇ ਜੀ। ਸੰਤ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਨੇ ਸੰਗਤ ਜੀ 100 ਗੀਟੇ ਰੱਖ ਲੈਣੇ ਆਪਣੇ ਕੋਲ ਜੀ, ਪੱਥਰ ਸਵੇਰੇ ਸਵੇਰੇ ਗੋਦਾਵਰੀ ਦੇ ਕੰਢੇ ਬਹਿ ਜਾਣਾ, ਇੱਕ ਪਾਠ ਹੋਣਾ ਇੱਕ ਸੁੱਟ ਦੇਣਾ ਦਰਿਆ 'ਚ, ਦੂਜਾ ਹੋਣਾ ਦੂਜਾ ਸੁੱਟ ਦੇਣਾ, ਤੀਜਾ ਹੋਣਾ ਤੀਜਾ ਸੁੱਟ ਦੇਣਾ, ਵੀ ਗਿਣਤੀ ਹੁੰਦੀ ਰਹੇ ਜੀ। ਜਿੰਨਾ ਚਿਰ ਤੱਕ ਉਹਨਾਂ ਦਾ ਨਿਤਨੇਮ ਨਹੀਂ ਪੂਰਾ ਹੋ ਜਾਂਦਾ ਸੀ ਨਾ, ਉਨਾ ਚਿਰ ਤੱਕ ਮਹਾਂਪੁਰਖ ਤਾਂ ਚੁੱਕ ਕੇ ਮੁੱਖ ਕਿਸੇ ਵੱਲ ਵੇਖਦੇ ਨਹੀਂ ਸੀ ਹੁੰਦੇ ਜੀ। ਕਿੰਨਾ ਵੱਡਾ ਅਭਿਆਸ ਹੈ ਜੀ, ਜਿੰਨਾ ਚਿਰ ਤੱਕ ਨਿਤਨੇਮ ਨਹੀਂ ਪੂਰਾ ਹੋਇਆ ਜੀ, ਅਸੀਂ ਤਾਂ ਕੋਈ ਗੱਲ ਨਹੀਂ ਕਰ ਲਿਆ, ਇੱਕ ਹੀ ਜਪਜੀ ਸਾਹਿਬ ਬੜਾ ਜੀ, ਮੈਂ ਆਪਣੀ ਗੱਲ ਦੱਸਦਾ ਜੀ। ਪਰ ਉਹ ਮਹਾਂਪੁਰਖ ਜਿੰਨਾ ਚਿਰ ਪਾਠ ਨਹੀਂ ਨਾ ਹੋ ਜਾਂਦਾ ਜੀ, ਅਤੇ ਧਿਆਨ ਨੀਵਾਂ ਹੀ ਰੱਖਣਾ ਸਾਧ ਸੰਗਤ ਜੀ। ਜਦੋਂ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਸੰਪੂਰਨ ਹੋਣਾ,
ਫਿਰ ਮੁੱਖ ਤਾਂ ਕਰਨਾ ਕਿਸੇ ਵੱਲ ਦੀ, ਉਹਨਾਂ ਚਿਰ ਮੁੱਖ ਹੀ ਨਹੀਂ ਤਾਂ ਕਰਨਾ ਜੀ। ਪੜ੍ਹ ਕੇ ਵੇਖ ਲਓ ਮਹਾਂਪੁਰਖਾਂ ਦਾ ਜੀਵਨ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਪਜੀ ਸਾਹਿਬ ਦੇ ਪਾਠ ਹੈ, ਜਪਜੀ ਸਾਹਿਬ ਦਾ ਪਾਠ। ਜਪ ਦਾ ਅਰਥ ਹੈ ਜਿਹੜਾ ਜਪੇਗਾ ਉਹਨੂੰ ਆਪਣੇ ਨਿੱਜੀ ਸਰੂਪ ਦੀ ਪਛਾਣ ਹੋ ਜਾਏਗੀ। ਗੱਦ ਕੇ ਆਖੋ ਵਾਹਿਗੁਰੂ। ਇਹ ਤਾਂ ਆਪਾਂ ਜਿਹੜਾ ਇੱਕ ਪਾਠ ਕਰਦੇ ਹਾਂ ਧੱਕੇ ਨਾ ਕਰਦੇ ਜੇ, ਵੀ ਮਹਾਰਾਜ ਨੇ ਆਖਿਆ ਜਪਜੀ ਸਾਹਿਬ ਦੇ ਪਾਠ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਣਾ, ਨਹੀਂ ਤਾਂ ਆਪਾਂ ਕਰਨਾ ਹੀ ਨਹੀਂ, ਇੱਕ ਵੀ ਨਹੀਂ ਕਰਨਾ ਜੀ। ਇੱਕ ਦੀ ਵੀ ਛੁੱਟੀ ਹੋਣੀ ਸੀਗੀ ਜੀ, ਇੱਕ ਦੀ ਵੀ ਛੁੱਟੀ ਹੋਣੀ। ਅਤੇ ਬਹੁਤ ਸਾਰੇ ਇੱਕ ਵੀ ਨਹੀਂ ਕਰਦੇ, ਵੀ ਛੱਡੋ ਖਹਿੜਾ, ਫਟਾਫਟ ਲੱਗ ਪੈਂਦੇ ਛਕਣ ਛਕਾਉਣ ਵਾਸਤੇ। ਮਹਾਰਾਜ ਕਹਿੰਦੇ ਤਿਮ ਜਪ ਪਦ ਕੋ ਅਰਥ ਲਖੀਜੈ, ਜਾਨਣ ਆਪਣ ਸਰੂਪ ਜਨੀਜੈ। ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਆਪਣਾ ਨਿੱਜੀ ਸਰੂਪ ਜਾਣਨ ਲੱਗ ਪੈਂਦਾ ਹੈ। ਜਿਹੜਾ ਸਿੱਖ ਜਪਜੀ ਸਾਹਿਬ ਦਾ ਅਭਿਆਸੀ ਹੋ ਜਾਂਦਾ ਨਾ ਜੀ, ਉਹਦਾ ਦੁਨੀਆ ਨਾਲ ਸੰਬੰਧ ਟੁੱਟਣਾ ਸ਼ੁਰੂ ਹੋ ਜਾਂਦਾ ਜੀ। ਹਾਂਜੀ। ਧਰਿਓ ਪ੍ਰਥਮ ਹੀ ਜੋ ਜਪ ਨਾਮ, ਸਰਬ ਗ੍ਰੰਥ ਕੋ ਲਿਖ ਅਭਿਰਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪਾਦਨਾ ਹੋਈ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਪ ਬਾਣੀ ਨੂੰ ਲਿਖਿਆ ਹੈ, ਜਪ ਬਾਣੀ ਨੂੰ ਲਿਖਿਆ ਹੈ। ਅਤੇ ਜਪ ਬਾਣੀ ਦੀ ਵਿਆਖਿਆ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਨਿੱਜੀ ਸਰੂਪ ਨੂੰ ਜਾਣਨ ਦੀ ਗੱਲ ਹੀ ਹੈ ਸਾਰੀ ਬਾਣੀ ਵਿੱਚ। ਹਾਂਜੀ। ਬੇਦ ਰੋ ਜਪ ਪਦ ਦੁਆ ਕੋ ਅਰਥ, ਇੱਕ ਸਾਨਨ ਕੋ ਕਹੈ ਸਮਰੱਥ। ਜਿਵੇਂ ਵੇਦ ਪੜ੍ਹਨ ਵਾਲਿਆਂ ਨੂੰ ਚਾਰ ਵੇਦ ਪੜ੍ਹਨ ਅਤੇ ਉਹਨਾਂ ਨੂੰ ਜਾ ਕੇ ਫਿਰ ਜਾ ਕੇ ਨਿੱਜੀ ਸਰੂਪ ਦਾ ਗਿਆਨ ਹੋਣਾ, ਗੁਰੂ ਕੇ ਸਿੱਖ ਜਪਜੀ ਸਾਹਿਬ ਦਾ ਹੀ ਪਾਠ ਕਰੀ ਜਾਣ, ਇਹਦੇ ਨਾਲ ਹੀ ਨਿੱਜੀ ਸਰੂਪ ਦਾ ਗਿਆਨ ਹੋ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਸਾਡੇ ਭਾਗ ਨੇ ਕੋਈ ਕਿੰਨੀ ਕੁ ਬਾਣੀ ਪੜ੍ਹਦਾ ਹੈ, ਉਵੇਂ ਗੁਰਬਾਣੀ ਦਾ ਪਾਠ ਕਲਯੁੱਗ ਵਿੱਚ ਬੜੀ ਵੱਡੀ ਅਵਸਥਾ ਸਿੱਖ ਨੂੰ ਦੇ ਦਿੰਦਾ ਹੈ ਜੀ। ਹਾਂਜੀ। ਯਾਂ ਤੇ ਸੁਨਹੋ ਖਸ਼ਟ ਜੇ ਪੌਰੀ, ਕੀਨ ਮੰਗਲਾ ਚਰਨ ਸੁਠੌਰੀ। ਹੁਣ ਜਪ ਦਾ ਅਰਥ ਮਹਾਰਾਜ ਨੇ, ਸਿਰਫ ਬਾਣੀ ਕੀ ਕਰਦੀ ਹੈ ਉਹ ਸੱਚੇ ਪਾਤਸ਼ਾਹ ਨੇ ਦੱਸਿਆ, ਜਿਹੜਾ ਜਪਜੀ ਸਾਹਿਬ ਪੜ੍ਹੇਗਾ ਉਹਦਾ ਦੁਨੀਆ ਨਾਲ ਸੰਬੰਧ ਟੁੱਟੇਗਾ ਅਤੇ ਨਿੱਜੀ ਰੂਪ ਵਿੱਚ ਆਤਮਕ ਅਵਸਥਾ ਵਿੱਚ ਕਦਮ ਰੱਖੇਗਾ ਉਹ ਜੀ। ਜਿਹੜਾ ਸਿੱਖ ਹੁਣ ਆਪਾਂ ਕਹਿੰਦੇ ਹਾਂ ਜੀ ਸੰਸਾਰ ਦੇ ਕੰਮਾਂ 'ਚੋਂ ਹਟਣ ਨੂੰ ਜੀ ਨਹੀਂ ਕਰਦਾ ਜੀ, ਕਿਵੇਂ ਜੀ ਹਟੇ ਕਰੇ ਜੀ, ਅੰਦਰ ਕੁਛ ਜਾਵੇ ਫਿਰ ਹੀ ਹੈ ਨਾ ਜੀ, ਅੰਦਰ ਗੁਰਬਾਣੀ ਜਾਏ ਆਪੇ ਹੌਲੀ ਹੌਲੀ ਧਿਆਨ ਹਟੇਗਾ ਜੀ। ਮਹਾਰਾਜ ਕਹਿੰਦੇ ਜਿਹੜੀਆਂ ਛੇ ਪੌੜੀਆਂ ਨੇ ਪਹਿਲੀਆਂ, ਤੀਰਥ ਨਹਾਵਾ ਜੇ ਤਿਸ ਭਾਵਾ, ਵਿੜ ਭਾਣੇ ਕੇ ਨਹਾਏ ਕਰੀ, ਇੱਥੋਂ ਤੱਕ ਜਿਹੜੀਆਂ ਪੌੜੀਆਂ ਨੇ ਇਹ ਤਾਂ ਮੰਗਲ ਹੀ ਹੈ ਸਾਰਾ ਪਰਮੇਸ਼ਰ ਦਾ ਜੀ। ਹੁਣ ਤੁਸੀਂ ਕਹੋਗੇ ਉਹਦੇ ਵਿੱਚ ਤਾਂ ਥਾਪਿਆ ਨਾ ਜਾਏ ਬੜਾ ਕੁਝ ਲਿਖਿਆ, ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸਿੱਖਾ ਕਰਮਚੰਦ ਜਪਜੀ ਸਾਹਿਬ ਦੇ ਅਰਥ ਨਹੀਂ ਉਹ ਕੋਈ ਕਰ ਸਕਦਾ, ਜਪਜੀ ਸਾਹਿਬ ਦੇ ਅਰਥ ਬਹੁਤ ਮਹਾਨ ਨੇ ਮਹਾਰਾਜ ਕਹਿੰਦੇ। ਹਾਂਜੀ। ਸਪਤਮ ਹੈ ਬੈਰਾਗ ਅਲਾਵਾ, ਸਪਤਵੀਂ ਪੌੜੀ ਹੈ ਨਾ ਜਿਹੜੀ, ਇਹਦੇ ਵਿੱਚ ਮਹਾਰਾਜ ਨੇ ਬੈਰਾਗ ਦੀ ਅਵਸਥਾ ਕਥਨ ਕੀਤੀ ਹੈ ਜੀ। ਬੜਾ ਵੱਡਾ ਮੋਟਾ ਨਾਮ ਰੱਖਿਆ ਹੋਵੇ ਬੰਦੇ ਨੇ, ਹਰ ਪਾਸੇ ਜੈ ਜੈਕਾਰਾਂ ਅਤੇ ਸਲਾਮਾਂ ਹੁੰਦੀਆਂ ਹੋਣ, ਪਰ ਗੱਲ ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਚੇਤਾ ਅਤੇ ਬਾਤ ਨਹੀਂ ਪੁੱਛਣੀ ਕਿਸੇ ਨੇ ਜੀ। ਸੱਤਵੀਂ ਪੌੜੀ 'ਚ ਮਹਾਰਾਜ ਨੇ ਕਿਰਪਾ ਕੀਤੀ ਜੀ। ਇਸ ਕਰਕੇ ਮਹਾਰਾਜ ਕਹਿੰਦੇ ਸੱਤਵੀਂ ਪੌੜੀ 'ਚ ਬੈਰਾਗ ਦੀ ਗੱਲ ਕੀਤੀ ਹੈ। ਇੱਕ ਇੱਕ ਅੱਖਰ ਦੇ ਅਰਥ ਤਾਂ ਬੜੇ ਵਿਸਥਾਰ ਬੜਾ ਡੂੰਘ ਚੱਲ ਜਾਂਦਾ ਜੀ। ਬਿਨਾਂ ਗਿਆਨ ਸਭ ਕੂਰ ਦਿਖਾਵਾ, ਤੇ ਪਤਾ ਲੱਗ ਜਾਂਦਾ ਇੱਕ ਵਾਰੀ ਜਪਜੀ ਸਾਹਿਬ ਦੀ ਸੱਤਵੀਂ ਪੌੜੀ ਦਾ ਪਾਠ ਕੀਤਿਆਂ ਵੀ ਬਿਨਾਂ ਰੱਬ ਦੇ ਬ੍ਰਹਮ ਗਿਆਨ ਤੋਂ ਬਗੈਰ ਸਭ ਕੂੜ ਹੀ ਹੈ, ਸਾਧਸੰਗ ਸਭ ਕੂੜਾ ਹੀ ਹੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਆਪਾਂ ਜਿਹੜੀਆਂ ਗੱਲਾਂ ਕਰਦੇ ਇਹ ਵੀ ਕੂੜਾ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਲਗਾਤਾਰ ਇਕੱਠਾ ਕਰੀ ਵੀ ਜਾਂਦੇ ਹੈ, ਕਹਿਣ ਵਾਲੇ ਕਰੀ ਜਾਂਦੇ ਜੀ। ਮਹਾਰਾਜ ਕਹਿੰਦੇ ਸਭ ਕੂੜਾ ਹੈ ਕੂੜਾ। ਹਾਂਜੀ। ਬਹਰੋ ਚਾਰ ਜੇ ਪੌੜੀ ਬਣੀ, ਫਿਰ ਮਹਾਰਾਜ ਕਹਿੰਦੇ ਅਗਲੀਆਂ ਜਿਹੜੀਆਂ ਚਾਰ ਪੌੜੀਆਂ ਕਰਮਚੰਦ ਉਹ ਸੁਣਦਾ, ਕਿਹੜੀਆਂ ਜੀ?
ਸੁਣਿਆ ਸਿੱਧ ਪੀਰ ਸੁਰਨਾਥ। ਇਹ ਚਾਰ ਪੌੜੀਆਂ ਚਾਹਦੇ ਸੁਣਨ ਵਾਲੀਆਂ ਨਾ ਜੀ। ਹਾਂਜੀ, ਸ਼੍ਰਵਣ ਮਹਾਤਮ ਮਹਿਮਾ ਭਨੀ। ਬਸ ਇੰਨੀ ਕੁ ਗੱਲ ਕਰਮ ਚੰਦ ਸਮਝ ਲੈ ਵੀ ਅਗਲੀਆਂ ਚਾਰ ਪੌੜੀਆਂ 'ਚ ਨਾਮ ਨੂੰ ਸੁਣਨ ਵਾਲੇ ਦੀ ਮਹਿਮਾ ਮਹਾਰਾਜ ਨੇ ਲਿਖੀ ਹੈ ਜੀ। ਨਾਮ ਨੂੰ ਸੁਣਨ ਵਾਲੇ ਦੀ ਜੀ, ਮਹਾਰਾਜ ਨੇ ਕਿਹਾ ਨਾ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਦੁੱਖ ਪਾਪ ਕਾ ਨਾਸ, ਦੁੱਖ ਤੇ ਪਾਪ ਵਾਹਿਗੁਰੂ ਦਾ ਨਾਮ ਸੁਣਿਆ ਭੱਜ ਜਾਂਦੇ ਆ ਜੀ, ਨਾਸ ਹੋ ਜਾਂਦੇ, ਸੜ ਜਾਂਦੇ, ਸਵਾਹ ਹੋ ਜਾਂਦੇ ਆ ਜਿਹੜਾ ਸੁਣੇਗਾ। ਚਾਰ ਪੌੜੀਆਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਸੁਣਨ ਦੀ ਗੱਲ ਹੀ ਆਖੀ ਜੀ, ਨਾਮ ਜਪਣ ਕਰ, ਨਾਮ ਦੇ ਸੁਣਨ ਕਰਕੇ ਸਿੱਧ ਸਿੱਧ ਬਣੇ ਆ ਜੀ। ਮਹਾਂਪੁਰਖਾਂ ਨੇ ਇਸੇ ਪੌੜੀ ਦੇ ਬੜੇ ਅਰਥ ਕੀਤੇ ਆ ਸਾਧ ਸੰਗਤ ਜੀ। ਸਭ ਤੋਂ ਵਧੀਆ ਤਰੀਕਾ ਚ ਪਿਆਰਿਓ ਇਹਦਾ ਜਾਪ ਕੀਤਾ ਜਾਏ ਜੀ, ਜਾਪ ਕੀਤਾ ਜਾਵੇ। ਮਹਾਰਾਜ ਕਹਿੰਦੇ ਸੁਣਨ ਵਾਲਿਆਂ ਦੀਆਂ ਅਵਸਥਾਵਾਂ ਦਾ ਬਿਆਨ ਕੀਤਾ ਜੀ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਪਾਤਸ਼ਾਹ ਬਣ ਜਾਂਦਾ ਬੰਦਾ ਜੀ। ਨਾਮ ਦਾ ਜਾਪ ਸੁਣਿਆ ਨਾ ਪਾਤਸ਼ਾਹ ਬਣ ਜਾਂਦਾ ਬੰਦਾ ਜੀ। ਹਾਂਜੀ, ਪੁੰਨ ਚਾਰਨ ਮਹਿ ਮਨਨ ਦਿਖਾਇਓ। ਹੁਣ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਦੱਸ ਰਹੇ ਹੈ, ਮਹਾਰਾਜ ਕਹਿੰਦੇ ਅੱਗੋਂ ਚਾਰ ਪੌੜੀਆਂ ਦੇ ਵਿੱਚ ਜਿਹੜਾ ਨਾਮ ਸੁਣ ਕੇ ਮੰਨਦਾ ਹੈ ਨਾ ਉਹਨਾਂ ਦੀ ਗੱਲ ਦੱਸੀ ਹੈ। ਗੱਜ ਕੇ ਆਖੋ ਵਾਹਿਗੁਰੂ। ਨਾਮ ਨੂੰ ਸੁਣ ਕੇ ਮੰਨਦਾ, ਮੰਨਣ ਵਾਲਿਆਂ ਦੀ ਅਵਸਥਾ 'ਚ ਪਹਿਲੀ ਗੱਲ ਮਹਾਰਾਜ ਨੇ ਪਹਿਲੀ ਗੱਲ 'ਚ ਹੀ ਬੜਾ ਕੁਝ ਦੱਸ ਦਿੱਤਾ। ਮੰਨੇ ਕੀ ਗਤ ਕਹੀ ਨਾ ਜਾਏ, ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਬਾਅਦ ਵਿੱਚ ਜਿਹੜੀਆਂ ਚਾਰ ਪੌੜੀਆਂ ਉਹ ਮੰਨਣ ਵਾਲਿਆਂ ਉੱਤੇ ਹੈ। ਹਾਂਜੀ, ਬ੍ਰਹਮ ਗਿਆਨ ਕੋ ਹੇਤ ਜਾਣਿਓ, ਬ੍ਰਹਮ ਗਿਆਨ ਕੋ ਹੇਤ ਜਾਣਿਓ। ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦਾ ਕਾਰਨ ਹੀ ਸਾਰਾ, ਭਾਵ ਇਹ ਪੌੜੀਆਂ ਨੂੰ ਸਮਝਿਆ ਇਹਨਾਂ 'ਤੇ ਚੱਲਿਆ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਹੈ, ਬ੍ਰਹਮ ਗਿਆਨੀ ਬਣ ਜਾਂਦਾ ਹੈ। ਪਿਆਰਿਓ, ਹੁਣ ਸਾਨੂੰ ਇਹ ਨਹੀਂ ਪਤਾ ਵੀ ਬ੍ਰਹਮ ਗਿਆਨੀ ਦੀ ਪਿਛਲੇ ਜਨਮਾਂ ਦੀ ਕਿੰਨੀ ਭਗਤੀ ਹੈ। ਆਪਾਂ ਇੱਕ ਬ੍ਰਹਮ ਗਿਆਨੀ ਦੀ ਸੰਗਤ ਕੀਤੀ ਹੋਵੇ ਅਤੇ ਸਾਧ ਸੰਗਤ ਜੀ, ਉਹਨੇ ਇੱਕ ਸਮੇਂ ਵਿੱਚ ਇੰਨਾ ਜਾਪ ਮਹਾਤਮਾ ਮਹਾਂਪੁਰਖ ਕਰਦੇ ਹੈ, ਪਰ ਸਾਧ ਸੰਗਤ ਜੀ ਇਹ ਨਹੀਂ ਪਤਾ ਹੁੰਦਾ ਵੀ ਬ੍ਰਹਮ ਗਿਆਨੀ ਪੁਰਸ਼ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਲੱਗੇ ਹੁੰਦੇ ਹੈ। ਪਰ ਮਹਾਰਾਜ ਕਹਿੰਦੇ ਆਹ ਜਿਹੜੀਆਂ ਪੌੜੀਆਂ ਬ੍ਰਹਮ ਗਿਆਨੀ ਬਣਾ ਦਿੰਦੀਆਂ ਬੰਦੇ ਨੂੰ। ਹਾਂਜੀ, ਪੰਚ ਪਰਵਾਨ ਵਿਖੇ ਨਿਧਿਆਸਨ, ਤੀਨੋ ਕਰਤਿਓ ਕਰਹਿ ਉਪਾਸਨ। ਫਿਰ ਅੱਗੋਂ ਪੰਚ ਪਰਵਾਨ ਵਾਲੀ ਪੌੜੀ ਹੈ, ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ ਹੈ। ਹੁਣ ਆਪਾਂ ਜਦੋਂ ਪਾਠ ਕਰਦੇ ਧਿਆਨ ਹੀ ਨਹੀਂ ਹੁੰਦਾ ਵੀ ਕਿਹੜੇ ਵਾਲੇ ਸੁਣਿਆ ਦੀਆਂ ਲੰਘ ਜਾਂਦੀਆਂ ਅਤੇ ਕਿਹੜੇ ਵੇਲੇ ਮੰਨਣ ਦੀਆਂ ਲੰਘ ਜਾਂਦੀਆਂ ਜੀ। ਬਸ ਇਹ ਹੈ ਵੀ ਫਟਾਫਟ ਲਾ ਕੇ ਸਪੀਡ 'ਤੇ ਕਰ ਦੇਣਾ ਪਾਠ ਅਤੇ ਛੇਤੀ ਛੇਤੀ ਥਾਲੀ ਅੱਗੇ ਬਹਿ ਜਾਣਾ ਜੀ। ਮਹਾਰਾਜ ਕਹਿੰਦੇ ਫਿਰ ਪੰਜ ਪ੍ਰਵਾਨ ਵਾਲੀਆਂ ਪੌੜੀਆਂ ਸ਼ੁਰੂ ਹੁੰਦੀਆਂ, ਪੰਚ ਪ੍ਰਵਾਨ ਪੰਚ ਪ੍ਰਧਾਨ। ਇਹਦੇ ਵਿੱਚ ਨਿਧਿਆਸਣ ਹੈ। ਆਹ ਜਿਹੜੀਆਂ ਪੰਕਤੀਆਂ ਪਹਿਲੀਆਂ ਸਾਰੀਆਂ ਪੌੜੀਆਂ ਉਹਨਾਂ ਦਾ ਤੱਤ ਸਾਰ ਹੈ ਉਹਨਾਂ ਵਿੱਚ। ਮਹਾਰਾਜ ਕਹਿੰਦੇ ਨਿਧਿਆਸਣ ਦੀ ਗੱਲ ਕਰਦੇ, ਲੱਗੇ ਰਹਿਣ ਦੀ ਗੱਲ ਕਰ ਰਹੇ ਹੈ। ਹਾਂਜੀ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਤੁਕ ਤਤਵ ਮਸ ਉਚਾਰ। ਵੇਦਾਂ ਦਾ ਜਿਹੜਾ ਸਾਰ ਹੈ ਨਾ, ਚਾਰੇ ਵੇਦਾਂ ਦਾ ਸਾਰ ਉਹ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੰਕਤੀ 'ਚ ਲਿਖਤਾ ਜੀ। ਚਾਰ ਵੇਦ ਨੇ, ਚਾਰਾਂ ਵੇਦਾਂ ਦਾ ਵੱਖੋ ਵੱਖਰਾ ਸਾਰ ਹੈ ਜੀ। ਹਾਂਜੀ, ਪਰਾਗਮਾ ਨੰਦ ਬ੍ਰਹਮ, ਇਹ ਸਾਧ ਸੰਗਤ ਜੀ ਰਿਗ ਵੇਦ ਦਾ ਸਾਰ ਹੈ। ਫਿਰ ਇਸੇ ਤਰ੍ਹਾਂ ਸਾਮ ਵੇਦ ਦਾ ਸਾਰ ਹੈ, ਯਜੁਰ ਵੇਦ ਦਾ ਸਾਰ ਹੈ, ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਅਥਰਵਣ ਵੇਦ ਦਾ ਸਾਰ ਹੈ। ਚਾਰੇ ਵੇਦਾਂ ਦੇ ਸਾਰ ਨੇ, ਜਿਹਦੇ ਵਿੱਚ ਇੱਕ ਸਾਰ ਹੈ ਅਹੰ ਬ੍ਰਹਮ ਅਸਮੀ, ਇੱਕ ਦਾ ਸਾਰ ਹੈ ਤਤਵ ਮਸੀ,
ਇਹ ਵੱਖ ਵੱਖ ਸਾਰ ਨੇ, ਮਹਾਂਵਾਕ ਨੇ, ਅਤੇ ਚਾਰੇ ਮਹਾਂਵਾਕ ਸਤਿਗੁਰੂ ਜੀ ਨੇ ਇੱਕੋ ਪੰਕਤੀ ਵਿੱਚ ਲਿਖ ਦਿੱਤੇ, ਤੂੰ ਸਦਾ ਸਲਾਮਤ ਨਿਰੰਕਾਰ। ਚਾਰੇ ਮਹਾਂਵਾਕ ਵੇਦਾਂ ਦੇ, ਚਾਰੇ ਵੇਦਾਂ ਦਾ ਜਿਹੜਾ ਨਿਚੋੜ ਹੈ ਨਾ, ਉਹ ਜਪਜੀ ਸਾਹਿਬ ਜੀ ਦੀ ਇੱਕੋ ਪੰਕਤੀ 'ਚ ਪਿਆਰੇ ਉਹ ਆ ਜਾਂਦਾ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਇੱਕ ਮਾਈ ਨੂੰ ਮਹਾਂਪੁਰਖਾਂ ਕਹਿ ਦਿੱਤਾ ਜੀ, ਉਹ ਕਹਿੰਦੀ ਜੀ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ। ਕਹਿੰਦੇ ਤੂੰ ਇੱਕੋ ਹੀ ਪੰਕਤੀ ਪੜ੍ਹੀ ਜਾਇਆ ਕਰ, ਤੇਰਾ ਭਲਾ ਹੋ ਜਾਣਾ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਇੰਨਾ ਪੜ੍ਹਨਾ। ਉਹ ਇਹਦੀ ਮਾਲਾ ਫੇਰਦੀ ਰਹਿੰਦੀ ਹੁੰਦੀ ਸੀ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵੇਦਾਂ ਵਿੱਚ ਕੀ ਹੈ, ਵੇਦਾਂ 'ਚ ਇੱਕ ਜੀਵ ਹੈ, ਇੱਕ ਈਸ਼ ਹੈ ਅਤੇ ਇੱਕ ਬ੍ਰਹਮ ਹੈ। ਇਸੇ ਪੰਕਤੀ 'ਚ ਜਿਹੜਾ ਤੂੰ ਹੈ ਉਹ ਹੈ ਜੀਵ, ਜਿਹੜਾ ਸਲਾਮਤ ਹੈ ਉਹ ਹੈ ਈਸ਼ਵਰ, ਅਤੇ ਨਿਰੰਕਾਰ ਬ੍ਰਹਮ ਦਾ ਵਾਚਕ ਹੈ। ਜਦੋਂ ਜੀਵ ਅਤੇ ਈਸ਼ ਦਾ ਮੇਲ ਹੁੰਦਾ ਉਦੋਂ ਨਿਰੰਕਾਰ ਦੀ ਉਤਪਤੀ ਹੁੰਦੀ ਹੈ, ਭਾਵ ਉਦੋਂ ਨਿਰੰਕਾਰ ਦੀ ਅਵਸਥਾ ਬਣ ਜਾਂਦੀ ਬੰਦੇ ਦੀ ਜੀ। ਮਹਾਰਾਜ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ, ਇਹ ਪੰਕਤੀ ਵਿੱਚ ਚਾਰੇ ਵੇਦਾਂ ਦਾ ਸਾਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਲਿਖਤਾ, ਜਿਹਨੂੰ ਉਹ ਮਹਾਂਵਾਕ ਕਹਿੰਦੇ ਹੈ। ਵੀ ਇਹ ਚਾਰੋਂ ਸਰੁੱਤੀਆਂ ਦੇ ਮਹਾਂਵਾਕ ਨੇ, ਉਹ ਮਹਾਰਾਜ ਨੇ ਇੱਕ ਪੰਕਤੀ 'ਚ ਲਿਖ ਦਿੱਤੇ ਹੈ। ਹਾਂਜੀ, ਮਹਾਂਵਾਕ ਇਹ ਸ਼ਰੁੱਤ ਮਹਿ ਚਾਰ, ਤਿੰਮ ਤੁੱਕ ਕਹੀ ਚਾਰ ਹੀ ਵਾਰ। ਮਹਾਰਾਜ ਕਹਿੰਦੇ ਚਾਰ ਵਾਰ ਹੀ ਪੰਕਤੀ ਆਉਂਦੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਜਪਜੀ ਸਾਹਿਬ 'ਚ ਚਾਰ ਵਾਰ ਸਾਧ ਸੰਗਤ ਜੀ ਆਉਂਦੀ ਹੈ। ਮਹਾਰਾਜ ਕਹਿੰਦੇ ਇਹ ਚਾਰੇ ਵੇਦਾਂ ਦਾ ਸਾਰ ਹੈ, ਤੱਤ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰ ਤੱਤ ਚਾਰ ਵਾਰ ਹੀ ਜਪਜੀ ਸਾਹਿਬ 'ਚ ਲਿਖ ਦਿੱਤਾ ਜੀ। ਹਾਂਜੀ, ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ, ਜੇ ਅਸੰਖ ਕੀ ਪਵਰ ਵਿਚਾਰੀ। ਫਿਰ ਮਹਾਰਾਜ ਕਹਿੰਦੇ ਕਰਮਚੰਦ ਇਹ ਅਸੰਖ ਵਾਲੀਆਂ ਪੌੜੀਆਂ ਸੁਣ ਲੈ। ਕਰਮਚੰਦ ਹੁਣੀ ਬੜੇ ਧਿਆਨ ਨਾਲ ਸੁਣ ਰਹੇ ਸਾਰੀਆਂ ਗੱਲਾਂ। ਮਹਾਰਾਜ ਕਹਿੰਦੇ ਜਿੱਥੇ ਅਸੰਖਾਂ ਵਾਲੀਆਂ ਪੌੜੀਆਂ, ਪਹਿਲੀ ਜਿਹੜੀ ਅਸੰਖ ਜਪ ਅਸੰਖ ਭਾਓ, ਇਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਸ਼ਾਂਤ ਗੁਣ ਦਾ ਵਰਣਨ ਕੀਤਾ ਗਿਆ, ਸਤੋ ਗੁਣ ਦਾ ਵਰਣਨ ਹੈ। ਸਤੋ ਗੁਣ ਵਿੱਚ ਰਹਿ ਕੇ ਜਿਹੜੇ ਰੱਬ ਦੀ ਭਗਤੀ ਕਰਦੇ ਹੈ ਉਹਨਾਂ ਜੀਵਾਂ ਦਾ ਜ਼ਿਕਰ ਹੈ। ਹਾਂਜੀ, ਦੂਜੇ ਵਿਖੇ ਤਾਮਸੀ ਕਹੀ, ਅਤੇ ਦੂਜੇ ਵਿੱਚ ਤਮੋ ਗੁਣ ਵਾਲਿਆਂ ਦਾ, ਗੁੱਸੇ ਵਾਲਿਆਂ ਦਾ ਜ਼ਿਕਰ ਹੈ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ। ਹਾਂਜੀ, ਅਸੰਖ ਅਮਰ ਕਰ ਜਾਹੇ ਜੋਰ, ਜਿਹੜੀ ਦੂਜੀ ਹੈ ਅਸੰਖਾਂ ਵਾਲੀ, ਇਹ 'ਚ ਮੂਰਖਾਂ ਦਾ ਜ਼ਿਕਰ ਹੈ ਸਾਰਾ। ਤਮੋ ਗੁਣ ਵਾਲਿਆਂ ਦਾ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਗੱਲ ਵੱਢ ਹੱਤਿਆ ਕਮਾਹੇ, ਇਹ ਸਾਰਾ ਉਹਨਾਂ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਤਮੋ ਗੁਣ ਵਾਲਿਆਂ ਦਾ, ਉਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਫਿਰ ਗੁਰੂ ਨਾਨਕ ਸਾਹਿਬ ਕਹਿ ਦਿੰਦੇ ਤੂੰ ਸਦਾ ਸਲਾਮਤ ਨਿਰੰਕਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ, ਤ੍ਰਿਤੀ ਵਿਖੈ ਦ੍ਵੈ ਸਿਮਰਤ ਲਹੀ, ਤੇ ਤੀਜੇ ਵਿੱਚ ਦੋਵਾਂ ਨੂੰ ਰਲਾ ਕੇ ਮਹਾਰਾਜ ਨੇ ਲਿਖਿਆ ਜੀ, ਸਤੋ ਗੁਣ ਵਾਲੇ ਵੀ ਆ ਅਤੇ ਤਮੋ ਗੁਣ ਵਾਲੇ ਵੀ, ਅਸੰਖ ਨਾਭ ਅਸੰਖ ਥਾਭ, ਅਗੰਮ ਅਗੰਮ ਅਸੰਖ ਲੋ। ਇਹ ਜਿਹੜੀਆਂ ਸਾਰੀਆਂ ਨੇ ਨਾ, ਜਦੋਂ ਵਿਦਾਂਤ ਬੰਦਾ ਪੜ੍ਹਦਾ ਫਿਰ ਹੌਲੀ ਹੌਲੀ ਇਹ ਗੱਲਾਂ ਸਮਝ ਹੀ ਆਉਂਦੀਆਂ ਜੀ। ਮਹਾਰਾਜ ਤਾਂ ਵਿਦਾਂਤੀਆਂ ਦੇ ਵੀ ਵਿਦਾਂਤੀ ਨੇ, ਗਿਆਨੀਆਂ ਦੇ ਵੀ ਗਿਆਨੀ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਹਾਂਜੀ, ਜੀਵ ਈਸ਼ ਇਕਤਾ ਦਿਖਰਾਈ, ਸੱਚਦਾ ਆਨੰਦ ਦੋਹਨ ਸਮ ਪਾਈ। ਇਸ ਪਾਠ ਵਿੱਚ ਪਾਠ ਕਰਨ ਵਾਲੇ ਦੀ ਜੀਵ ਅਤੇ ਈਸ਼ ਦੋਵੇਂ ਇੱਕ ਹੋ ਜਾਂਦੇ ਅਤੇ ਬ੍ਰਹਮ ਦੀ ਉਤਪਤੀ ਹੋ ਜਾਂਦੀ ਹੈ, ਭਾਵ ਇਹ ਪਾਠ ਕਰਨ ਵਾਲਾ ਬ੍ਰਹਮ ਗਿਆਨੀ ਬਣ ਜਾਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਟਕਸਾਲ ਦੇ ਵਿੱਚ ਕਿਸੇ ਸਿੰਘ ਕੋ ਅਭਿਆਸ ਕਰਾਉਂਦੇ ਗੁਰਬਾਣੀ ਦਾ, ਅਤੇ ਮੈਨੂੰ ਸਿੰਘ ਸਾਹਿਬ ਦੱਸ ਰਹੇ ਸਨ, ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਅਭਿਆਸ ਕਰਾਉਂਦੇ ਜੀ ਉਹਨੂੰ ਜੀ, ਕਥਾ ਕਰਨ ਵਾਲੇ ਨੂੰ ਜੀ, ਵੀ ਪੰਜੀ ਜਪਜੀ ਸਾਹਿਬ ਦੇ ਪਾਠ ਤੂੰ ਰੋਜ਼ ਕਰਨੇ ਹੈ। ਹੌਲੀ 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 ਅਭਿਆਸ ਵੱਧਦਾ ਜਾਂਦਾ ਜੀ। ਹਾਂਜੀ, ਇਤਿਹਾਦਕ ਸਭ ਅਰਥ ਸੁਣਾਏ। ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਛੇਵੇਂ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ
ਬੜੀ ਬਰੀਕੀ ਬਰੀਕੀ ਦੀਆਂ ਜਪਜੀ ਸਾਹਿਬ ਦੀਆਂ ਗੱਲਾਂ ਮੋਟੇ ਮੋਟੇ ਰੂਪ ਵਿੱਚ ਸੱਚੇ ਪਾਤਸ਼ਾਹ ਨੇ ਭਾਈ ਕਰਮਚੰਦ ਜੀ ਨੂੰ ਸੁਣਾਈਆਂ ਜੀ। ਵੇਖ ਲਓ ਕਈ ਬੰਦੇ ਐਡੇ ਸਿਆਣੇ ਹੁੰਦੇ ਆ ਜੀ, ਉਹਨਾਂ ਦੇ ਕਰਕੇ ਦੂਜਿਆਂ ਦਾ ਵੀ ਭਲਾ ਹੋ ਜਾਂਦਾ ਹੈ ਜੀ, ਦੂਜਿਆਂ ਦਾ ਵੀ ਭਲਾ ਹੋ ਜਾਂਦਾ। ਹੁਣ ਉਹ ਐਡੇ ਸਿਆਣੇ ਸਨ ਕਿ ਉਹਨਾਂ ਦੇ ਕਰਕੇ ਦੂਜਿਆਂ ਦਾ ਭਲਾ ਆਪ ਹੀ ਹੋ ਗਿਆ ਜੀ। ਕਰਮਚੰਦ ਜੀ ਨੇ ਪੁੱਛਿਆ ਤੇ ਸਾਨੂੰ ਪਤਾ ਲੱਗ ਗਿਆ ਜੀ ਸਾਰਿਆਂ ਨੂੰ। ਹਾਂਜੀ, ਸੁਣ ਸਿੱਖ ਸਗਰੇ ਮਨ ਵਸਾਏ, ਲਾਗੇ ਜਿੰਨੀਆਂ ਸੰਗਤਾਂ ਸਨ ਨਾ ਸਾਰਿਆਂ ਨੇ ਸੁਣ ਕੇ ਜਪਜੀ ਸਾਹਿਬ ਜੀ ਦੇ ਅਰਥ ਆਪਣੇ ਮਨ ਚ ਵਸਾ ਲਏ। ਗੱਜ ਕੇ ਆਖੋ ਵਾਹਿਗੁਰੂ। ਹੋਰ ਨੀ, ਜਿਹੜਾ ਮੇਰੇ ਵਰਗਾ ਮੋਟੀ ਬੁੱਧੀ ਦਾ ਬੈਠਾ ਉਹਨੂੰ ਪਤਾ ਲੱਗ ਗਿਆ ਵੀ ਪਹਿਲਾਂ 6 ਪੌੜੀਆਂ ਦਾ ਮੰਗਲ ਹੈ, 7ਵੀਂ 'ਚ ਬੈਰਾਗ ਹੈ, ਫਿਰ 4 ਪੌੜੀਆਂ ਸੁਣਨ ਦੀਆਂ, 4 ਮੰਨਣ ਦੀਆਂ, 5 ਪ੍ਰਵਾਨ ਵਿੱਚ ਨਿਧਿਆਸਨ ਹੈ, ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਜੀ। ਹਾਂਜੀ, ਜਪ ਜੀ ਅਰਥ ਅਹੈ ਅਤ ਗੂੜੇ, ਮਹਾਰਾਜ ਕਹਿੰਦੇ ਜਪ ਜੀ ਅਰਥ ਅਹੈ ਅਤ ਗੂੜੇ। ਮਹਾਰਾਜ ਕਹਿੰਦੇ ਭਾਈ ਜਪਜੀ ਸਾਹਿਬ ਦੇ ਅਰਥ ਬੜੇ ਗੂੜੇ ਨੇ, ਗੂੜੇ ਜੀ ਬੜੇ ਗੂੜੇ ਨੇ। ਮੈਨੂੰ ਸਵੇਰੇ ਆ ਸਿੰਘ ਕਹਿੰਦੇ ਆ ਸਿੱਧ ਗੋਸ਼ਟ ਦੀ ਵਿਚਾਰ ਚੱਲਣ ਦੀ, ਜਪਜੀ ਸਾਹਿਬ ਦੀ ਕਥੋਂ ਕਰੋਂ ਕਰਨੀ, ਮੈਂ ਹੁਣ ਮੈਨੂੰ ਆਉਂਦੀ ਨਹੀਂ ਤੇ ਮੈਂ ਕੀ ਕਰਾਂ ਜੀ। ਸਿੱਧੀ ਜੀ ਗੱਲ ਹੈ, ਬੜੀ ਗੂੜੀ ਕਥਾ ਹੈ ਜੀ ਇਹਦੀ। ਜਦੋਂ ਬੰਦਾ ਸਮਝਦਾ ਵੀ ਵਿਸਮਾਦ 'ਚ ਚੱਲ ਜਾਂਦਾ ਵੀ ਹੁਣ ਇਹਨੂੰ ਮੈਂ ਕਿਵੇਂ ਬੋਲਵਾਂ, ਇਹਨੂੰ ਕਿਵੇਂ ਬੋਲੀਏ, ਇਹਨੂੰ ਕਿਵੇਂ ਬੋਲੀਏ, ਅੱਖਰ ਬੋਲਣ ਨੂੰ ਤਾਂ ਬੋਲੀ ਜਾਓ ਕੋਈ ਗੱਲ ਨਹੀਂ, ਪਰ ਗੱਲ ਤਾਂ ਸਾਧ ਸੰਗਤ ਜੀ ਅੰਦਰ ਦੀ ਕਮਾਈ ਦੀ ਹੈ, ਅੰਦਰ ਦੀ ਕਮਾਈ ਦੀ। ਅੱਖਰ ਬੋਲਣ ਨੂੰ ਕੀ ਆ, ਮੁੰਡਾ ਸੰਤੋਖ ਸਰਮਪਤ ਝੋਲੀ ਦੇ ਅੱਖਰੀ ਅਰਥ ਕਰੀ ਚੱਲੋ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਜਪਜੀ ਅਰਥ ਅਹੈ ਅਤ ਗੂੜੇ। ਕਰਮਚੰਦ, ਜਪਜੀ ਸਾਹਿਬ ਦੇ ਅਰਥ ਬੜੇ ਡੂੰਘੇ ਨੇ, ਬੜੇ ਡੂੰਘੇ ਨੇ। ਹਾਂਜੀ, ਸ਼੍ਰੀ ਨਾਨਕ ਬਾਣੀ ਸਭ ਰੂੜੇ, ਤੇ ਬਾਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿੰਨੀ ਬਾਣੀ ਹੈ ਪੰਚਮ ਪਾਤਸ਼ਾਹ ਤੱਕ ਸਾਰੀ ਬੜੀ ਵਧੀਆ ਹੈ। ਗੱਜ ਕੇ ਆਖੋ ਵਾਹਿਗੁਰੂ, ਸਾਰੀ ਬੜੀ ਵਧੀਆ ਹੈ। ਹਾਂਜੀ, ਜਿਸ ਤੇ ਪਰੈ ਕਹਨ ਕਛ ਨਾਹੀਂ, ਕਹੈ ਪਰੈ ਸੋ ਜਾਣਹਿ ਨਾਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀ ਸੋਹਣੀ ਬੋਲੀ 'ਚ ਜਪਜੀ ਸਾਹਿਬ ਉਚਾਰਿਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਜਪਜੀ ਸਾਹਿਬ ਤੋਂ ਪਰੇ ਹੋਰ ਕੋਈ ਕਲਾਮ ਨਹੀਂ ਹੈਗੀ ਜੀ, ਹੋਰ ਕੋਈ ਕਲਾਮ ਨਹੀਂ। ਪਿੱਛੇ ਜੇ ਜੰਗਵੀਰ ਸਿੰਘ ਹੁਣੀ ਕੀ ਕਹਿ ਕੇ ਗਏ ਜੀ, ਉਹ ਕਹਿੰਦੇ ਮੈਂ ਅਰਬ ਦੇਸ਼ਾਂ ਵਿੱਚ ਗਿਆ, ਉੱਥੇ ਮੁਸਲਮਾਨ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੈ ਜੀ, ਕਹਿੰਦੇ ਗੁਰੂ ਨਾਨਕ ਕਾ ਕਲਾਮ ਪੜ੍ਹਦੇ ਹੈ। ਮਹਾਰਾਜ ਕਹਿੰਦੇ ਇਹਦੇ ਤੋਂ ਪਰੇ ਨਹੀਂ ਤੇ ਕੁਛ ਹੈਗਾ, ਇਹ ਸਭ ਕੁਝ ਇਹਦੇ ਤੋਂ ਉਰੇ ਉਰੇ ਹੀ ਹੈ ਜੀ। ਹਾਂਜੀ, ਜੋਗ ਜਨਾਵਨ ਸਕਲ ਜਨਾਇਓ, ਸਭ ਸਿੱਖਣ ਕੋ ਪੰਥ ਬਤਾਇਓ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਇਹਦੇ ਤੋਂ ਪਰੇ ਕੁਝ ਵੀ ਨਹੀਂ ਹੈ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਹੈ ਭਾਈ ਸਭ ਤੋਂ ਵਧੀਆ ਇਹ ਹੈ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਿਆਰ ਨਾਲ ਪਾਠ ਕਰਿਆ ਕਰੋ, ਪਾਠ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕੀ ਹੋਏਗਾ ਉਹ ਮਹਾਰਾਜ ਦੱਸਦੇ ਹੈ। ਹਾਂਜੀ, ਬਚਨ ਮਾਨ ਜਿਨ ਪਾਇਓ ਗਿਆਨ, ਕੋਟ ਜਨਮ ਕੇ ਬੰਧਨ ਹਾਨ। ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਜਿਹੜਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦਾ ਹੈ ਨਾ, ਕਰੋੜਾਂ ਜਨਮਾਂ ਦੇ ਬੰਧਨ ਕੱਟੇ ਜਾਂਦੇ, ਕਰੋੜਾਂ ਜਨਮਾਂ ਦੇ ਜੀ, ਕਰੋੜਾਂ ਜਨਮਾਂ ਦੇ। ਗੱਜ ਕੇ ਆਖੋ ਵਾਹਿਗੁਰੂ। ਸੁਣਨ ਨੂੰ ਤੁਸੀਂ ਸੁਣ ਲਿਆ ਅਤੇ ਆਪਾਂ ਬੋਲ ਲਿਆ। ਹਾਂਜੀ, ਇੱਕ ਤਾਂ ਜਦੋਂ ਬੈਠਣਾ ਧਿਆਨ ਇਕਾਗਰ ਰੱਖਣਾ, ਅਤੇ ਦੂਜੀ ਗੱਲ ਇਹ ਹੈ ਵੀ ਕਰੋੜਾਂ ਜਨਮਾਂ ਦੇ ਬੰਧਨ, ਇੱਕ ਜਨਮ ਦੇ ਤਾਂ ਬੰਧਨ ਛੱਡੋ, ਇੱਕ ਦਿਨ ਕਿਸੇ ਨੇ ਇੱਕ ਹੀ ਮਾੜਾ ਕੰਮ ਕੀਤਾ ਹੋਵੇ ਤਾਂ ਉਹਦਾ ਬੜਾ ਵੱਡਾ ਬੰਧਨ ਪੈ ਜਾਂਦਾ ਬੰਦੇ ਨੂੰ ਜੀ, ਅਤੇ ਇੱਕ ਦਿਨ 'ਚ ਤਾਂ ਕਈ ਮਾੜੇ ਕੰਮ ਹੋ ਜਾਂਦੇ ਜੀ ਸਾਡੇ ਕੋਲੋਂ, ਅਤੇ ਫਿਰ ਇੱਕ ਜਨਮ ਦਾ ਬੰਧਨ ਬੜਾ ਵੱਡਾ। ਅਤੇ ਧੰਨ ਹੈ ਜਪਜੀ ਸਾਹਿਬ ਜੀ ਦੀ ਬਾਣੀ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਰੋੜਾਂ ਜਨਮਾਂ ਦੇ ਬੰਧਨ ਕੱਟ ਦਿੰਦੀ ਹੈ ਬਾਣੀ ਜੀ, ਕਰੋੜਾਂ ਜਨਮਾਂ ਦੇ।
ਮੱਜਤ ਜਪ ਜੀ ਪਠ ਜੁਤ ਨੇਮ ਸ਼੍ਰੀ ਨਾਨਕ ਧਰ ਧਿਆਨ ਸੋ ਪ੍ਰੇਮ। ਇਸ਼ਨਾਨ ਕਰਕੇ ਜਪ ਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਮਹਾਰਾਜ। ਸਾਰੇ ਪਿੰਡ ਨੂੰ ਕਹਿੰਦੇ ਹੈ ਫਜਾਬਾਦ ਵਾਲਿਆਂ ਨੂੰ, ਤੇ ਸਾਨੂੰ ਵੀ ਕਹਿ ਰਹੇ ਆ ਗੱਜ ਕੇ ਆਖੋ ਵਾਹਿਗੁਰੂ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਅਤੇ ਬੜੇ ਪਿਆਰ ਨਾਲ ਕਰਨਾ, ਅਤੇ ਜਦੋਂ ਗੁਰਬਾਣੀ ਦਾ ਪਾਠ ਕਰਨਾ ਮਨ ਵਿੱਚ ਧਿਆਨ ਗੁਰੂ ਨਾਨਕ ਸਾਹਿਬ ਜੀ ਦਾ ਧਾਰਨਾ ਹੈ। ਇਹਦਾ ਭਾਵ ਕੀ ਹੈ ਇਸ ਗੱਲ ਨੂੰ ਵੀ ਸਮਝਿਓ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਹੈ, ਫਿਰ ਸਮਝਣਾ ਹੈ ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਬੜੀ ਵੱਡੀ ਕਿਰਪਾ ਕੀਤੀ ਹੈ ਜਿਹੜੀ ਜਪਜੀ ਸਾਹਿਬ ਦੀ ਬਾਣੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਜਪਜੀ ਸਾਹਿਬ ਬੜਾ ਵੱਡਾ। ਸੰਗਤ ਜੀ, ਜੇ ਕੋਈ ਪਹਿਲੀ ਪੌੜੀ ਪੜ੍ਹੀ ਜਾਏ ਨਾਨਕ ਹੋਸੀ ਪੀ ਸੱਚ ਤੱਕ ਤਾਂ ਉਹ ਵੀ ਨਹੀਂ ਮਾਣ, ਉਹਨੂੰ ਪੜ੍ਹਿਆ ਹੀ ਬੜਾ ਕੁਝ ਮਿਲੀ ਜਾਂਦਾ ਜੀ, ਬਹੁਤ ਕੁਝ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਧਿਆਨ ਹਿਰਦੇ 'ਚ ਵਸਾ ਕੇ ਫਿਰ ਬਾਣੀ ਦਾ ਪਾਠ ਕਰਿਆ ਕਰੋ। ਕੀ ਧਿਆਨ ਵਸਾਉਣਾ? ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ ਜਿਹੜਾ ਸਾਨੂੰ ਜਪਜੀ ਸਾਹਿਬ ਦੀ ਬਾਣੀ ਬਖਸ਼ਿਸ਼ ਕੀਤੀ ਹੈ। ਹਾਂਜੀ, ਤਿੰਨ ਕੋ ਗਾਹੈ ਨਾ ਜਮ ਦੁਖਦਾਈ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ ਨਾ, ਜਮ ਦੀ ਕੀ ਮਜਾਲ ਹੈਗੀ ਹੈ ਵੀ ਉਹਨੂੰ ਫੜ ਲਵੇ ਆ ਕੇ ਜੀ। ਕਿੱਡੀ ਵੱਡੀ ਤਾਕਤ ਹੈ ਜਪਜੀ ਸਾਹਿਬ ਦੇ ਪਾਠ 'ਚ, ਜਮ ਦੀ ਕੀ ਮਜਾਲ ਹੈ ਜਮ ਉਹਨੂੰ ਆ ਕੇ ਫੜ ਲਵੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਜੀ। ਹਾਂਜੀ, ਅੰਤ ਸਮੈਂ ਗੁਰ ਬਣੇ ਸਹਾਈ। ਅਤੇ ਹੋਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਣ ਲਓ, ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਨਾ, ਅੰਤਲੇ ਸਮੇਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਦੀ ਸਹਾਇਤਾ ਵੀ ਕਰਦੇ ਹੈ, ਉਹਦੇ 'ਤੇ ਮਿਹਰ ਕਰਦੇ ਹੈ, ਉਹਦੇ 'ਤੇ ਬਖਸ਼ਿਸ਼ ਕਰਦੇ ਹੈ। ਪੜ੍ਹਦਾ ਹੋਵੇ ਜਪਜੀ ਸਾਹਿਬ 'ਤੇ ਜਾਵੇ ਨਰਕਾਂ 'ਚ ਨਹੀਂ ਹੋ ਸਕਦਾ ਸਤਸੰਗ ਜੀ, ਪਰ ਪੜ੍ਹੇ ਮਨੋ, ਪੜ੍ਹੇ ਪਿਆਰ ਨਾਲ, ਪੜ੍ਹੇ ਧਿਆਨ ਨਾਲ, ਪੜ੍ਹੇ ਮਰਜ਼ਾਦਾ ਦੇ ਨਾਲ ਜੀ। ਹਾਂਜੀ, ਸ਼੍ਰੀ ਗੁਰੂ ਨਾਨਕ ਦੇਸ਼ ਵਿਦੇਸ਼ ਫਿਰੇ ਉਧਾਰਤ ਜੀਵ ਵਿਸ਼ੇਸ਼। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਭਾਈ ਗੁਰੂ ਨਾਨਕ ਦੇਵ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਅਤੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦੇ ਵਾਹਿਗੁਰੂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਜਪਜੀ ਸਾਹਿਬ ਦੇ ਪਾਠ ਦਾ ਉਪਦੇਸ਼ ਦਿੱਤਾ ਅਤੇ ਲੋਕਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਜਦੋਂ ਗੁਰਮੁਖਾਂ ਕਮਾਈ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹੀਦਾ ਅਤੇ ਜੀਵਨ ਪੜ੍ਹ ਕੇ ਖੁਸ਼ੀ ਵੀ ਬੜੀ ਹੁੰਦੀ ਅਤੇ ਸ਼ਰਮ ਵੀ ਆਉਂਦੀ ਹੈ ਜੀ। ਸ਼ਰਮ ਆਪਣੇ ਕੀਤੇ ਹੋਏ ਕਰਮਾਂ 'ਤੇ ਆਉਂਦੀ ਹੈ, ਖੁਸ਼ੀ ਉਹਨਾਂ ਮਹਾਂਪੁਰਖਾਂ ਦਾ ਜੀਵਨ ਪੜ੍ਹ ਕੇ ਆਉਂਦੀ ਹੈ ਜੀ। ਇੰਨਾ ਬਾਣੀ ਦਾ ਅਭਿਆਸ ਜੀ, ਇੰਨਾ ਗੁਰਬਾਣੀ ਦਾ ਅਭਿਆਸ, ਅਤੇ ਫਿਰ ਬੜੇ ਬੜੇ ਸੌਖੇ ਤਰੀਕਿਆਂ ਨਾਲ ਬੰਦੇ ਨੂੰ ਉਹਨਾਂ ਨੇ ਬੰਦਿਆਂ ਨੂੰ ਨਾਮ ਜਪਣ ਲਾ ਤਾ ਜੀ, ਬੜੇ ਬੜੇ ਸੌਖੇ ਤਰੀਕਿਆਂ ਨਾਲ। ਇੱਕ ਬੜਾ ਵੱਡਾ ਤਾਂਤਰਿਕ ਸੀਗਾ ਜੀ, ਬੜਾ ਵੱਡਾ ਤਾਂਤਰਿਕ, ਅਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਗੁਰਮੁਖ ਪਿਆਰੇ ਬੜਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦੇ ਹੁੰਦੇ ਸੀਗੇ। ਉਹ ਤਾਂਤਰਿਕ ਨੇ ਨਾ ਜੀ ਆਪਣੇ ਤੰਤਰ ਮੰਤਰ ਦਾ ਜ਼ੋਰ ਚਲਾਇਆ ਜੀ, ਤੰਤਰ ਮੰਤਰ ਦਾ ਜ਼ੋਰ ਚਲਾਇਆ। ਕਹਿੰਦੇ ਬਾਬਿਆਂ ਨੇ ਬਸ ਇੰਜ ਤੱਕਿਆ ਹੀ ਹੈ ਉਹਦੇ ਵੱਲ ਜੀ, ਉਹਦੇ ਵੱਲ ਤੱਕਿਆ ਹੀ ਹੈ, ਅਤੇ ਤਾਂਤਰਿਕ ਹਵਾ 'ਚ ਉੱਡ ਕੇ ਨਾ ਜੀ ਉੱਡਦਾ ਹੀ ਗਿਆ ਅਤੇ ਥਾਂ ਥਾਂ ਡਿੱਗਿਆ ਬੜੀ ਜ਼ੋਰ ਦੀ, ਅਤੇ ਮਰਨ ਵਰਗਾ ਹੋ ਗਿਆ ਜੀ, ਵੀ ਜਿਵੇਂ ਮਾਰੀ ਚੱਲਾ ਜੀ। ਅਤੇ ਕੁਝ ਸਮੇਂ ਬਾਅਦ ਜਦੋਂ ਹੋਸ਼ ਆਈ ਨਾ ਜੀ, ਹੁਣ ਮੰਨਿਆ ਪਰਮੰਨਿਆ ਤਾਂਤਰਿਕ, ਕਹਿੰਦਾ ਤੁਹਾਡੀ ਚੜ੍ਹਤ ਬੜੀ ਸੀਗੀ ਅਤੇ ਮੈਂ ਦੁਖੀ ਹੋ ਕੇ ਤੁਹਾਡੇ 'ਤੇ ਆਪਣਾ ਮੰਤਰ ਚਲਾਇਆ, ਤੁਸੀਂ ਦੱਸੋ ਤੁਸੀਂ ਕਿਹੜਾ ਮੰਤਰ ਪੜ੍ਹਦੇ ਹੋ ਵੀ ਮੈਨੂੰ ਚਲਾ ਕੇ ਮਾਰਿਆ ਜੇ, ਗੱਜ ਕੇ ਆਖੋ। ਉਹ ਕਹਿੰਦੇ ਮੈਂ ਮੰਤਰ ਨਹੀਂ ਕੋਈ ਪੜ੍ਹਿਆ, ਮੈਂ ਤਾਂ ਵੇਖਿਆ ਹੀ ਆ ਤੇਰੇ ਵੱਲ, ਮੈਂ ਤਾਂ ਵੇਖਿਆ ਹੀ ਆ, ਮੰਤਰ ਨਹੀਂ ਕੋਈ ਪੜ੍ਹਿਆ।
ਕਹਿੰਦਾ ਨਹੀਂ ਨਹੀਂ ਤੁਸੀਂ ਕੁਝ ਪੜ੍ਹਿਆ। ਕਹਿੰਦੇ ਪੜ੍ਹਿਆ ਨਹੀਂ ਹੈ, ਵੇਖਿਆ ਹੀ ਹੈ। ਬਾਕੀ ਇਹ ਤੈਨੂੰ ਦੱਸ ਦਿੰਦੇ ਹਾਂ ਅਸੀਂ ਪੜ੍ਹਦੇ ਕੀ ਹਾਂ। ਕਹਿੰਦੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਕਹਿੰਦੇ ਇਹ ਜਪਜੀ ਸਾਹਿਬ ਦੀ ਬਰਕਤ ਹੀ। ਉਹ ਕਹਿੰਦਾ ਮੈਨੂੰ ਗੁਟਕਾ ਸਾਹਿਬ ਦਿਓ, ਉਹ ਦਿਓ ਜਿਹਦੇ 'ਚ ਜਪਜੀ ਸਾਹਿਬ ਲਿਖਿਆ। ਦਾਸ ਨੇ ਗੁਟਕਾ ਸਾਹਿਬ ਆਪਣੇ ਵੱਲੋਂ ਕਹਿਤਾ, ਇਹ ਲਿਖਤੀ ਦਿਓ ਮੈਨੂੰ। ਕਹਿੰਦੇ ਗੁਟਕਾ ਸਾਹਿਬ 'ਚ ਹੁੰਦਾ ਪਾਠ, ਇੰਝ ਨਹੀਂ ਤੈਨੂੰ ਦੇਣਾ, 100 ਪਾਠ ਰੋਜ਼ ਦਾ ਕਰੇਗਾ ਤਾਂ ਦੇਣਾ, ਨਹੀਂ ਤਾਂ ਨਹੀਂ ਦੇਣਾ। ਕਹਿੰਦੇ 100 ਪਾਠ ਰੋਜ਼ ਦਾ ਕਰੇਗਾ, ਹੁਣ ਤਾਂ ਬਾਜ਼ਾਰ 'ਚੋਂ ਮਿਲ ਜਾਂਦਾ 10 ਰੁਪਏ ਦਾ ਜੀ, ਸਸਤੀ ਹੋ ਗਈ ਗੁਰਬਾਣੀ। 100 ਪਾਠ ਰੋਜ਼ ਦਾ ਕਰੇਗਾ ਅਤੇ ਤੈਨੂੰ ਇਹ ਦੇਣਾ ਹੀ। ਉਹ ਕਹਿੰਦਾ ਸਤ ਬਚਨ ਮੁਸਲਮਾਨ ਤਾਂਤਰਿਕ, ਅਤੇ ਫਿਰ ਜਪਜੀ ਸਾਹਿਬ ਦੇ ਪਾਠ ਕਰਦਾ ਕਰਦਾ ਸਾਧ ਸੰਗਤ ਜੀ ਬ੍ਰਹਮ ਗਿਆਨੀ ਬਣ ਗਿਆ ਜੀ। ਉਹ ਜੀ ਬੜੀ ਵੱਡੀ ਅਵਸਥਾ ਉਹਦੀ ਬਣ ਗਈ ਜੀ, ਬੜੀ ਵੱਡੀ ਅਵਸਥਾ ਬਣ ਗਈ। ਅਤੇ ਇੱਕ ਬੱਚੀ ਆਉਂਦੀ ਹੁੰਦੀ ਸੀਗੀ ਜੀ, ਉਹਨੂੰ 3 ਦਿਨ ਕੋਲ ਬਿਠਾ ਕੇ ਜਪਜੀ ਸਾਹਿਬ ਸੁਣਾਇਆ, ਉਹਨੂੰ ਕੰਠ ਕਰਾ ਤਾ। ਕਹਿਣ ਲੱਗੇ ਜਾ ਹੁਣ ਕੰਮ ਕਰ, ਤੇਰੇ ਕੋਲ ਬੜਾ ਵੱਡਾ ਧਨ ਆ ਗਿਆ, ਜਪੀ ਚੱਲ ਤੇਰਾ ਭਲਾ ਹੋਈ ਜਾਏਗਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸਵੇਰੇ ਗੁਰਪੁਰਬ ਹੈ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸਿੱਖੋ ਜਪਜੀ ਸਾਹਿਬ ਪੜ੍ਹਨ ਵਾਲੇ ਸਿੱਖ ਦੇ ਨੇੜੇ ਜੰਮ ਆ ਹੀ ਨਹੀਂ ਸਕਦਾ ਜੀ, ਜੰਮ ਨਹੀਂ ਆ ਸਕਦਾ ਜੀ। ਸੋ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਕੱਲ੍ਹ ਗੁਰਪੁਰਬ ਹੈ। ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।